नमस्कार, हलचल में आपका स्वागत है। सबसे पहले नजर डालते हैं अपने शहर और आसपास की हलचल पर। जालंधर एसटीएफ ने 3 नशा तस्करों को अमृतसर के रंजीत वेन्यू इलाके से किया गिरफ्तार। 270 ग्राम हेरोइन, 1 मोटरसाइकिल किया बरामद। नवाशहर पुलिस ने एक प्रवासी महिला की हत्या के आरोपी को 36 घंटों के भीतर किया गिरफ्तार। पति ही निकला कातिल। जंडियालापुर में गत रात्रि चोरों ने एक साथ 3 दुकानों को बनाया निशाना। कीमती सामान, मोबाइल व नकदी चोरी कर हुए फरार। और अब हलचल विस्तार से। जालंधर एसटीएफ को नशे के खिलाफ कार्रवाई के दौरान उस समय बड़ी सफलता हासिल हुई जब एक गुप्त सूचना के आधार पर अमृतसर के रंजीत वेन्यू इलाके की होलीडे होटल के नज़दीक नाकाबंदी के दौरान 3 नशा तस्करों को काबू किया गया, जिनके पास से 270 ग्राम हेरोइन, 1 मोटरसाइकिल भी बरामद हुआ। एसटीएफ के अधिकारी संजीव कुमार ने बताया कि पकड़े गए तीनों आरोपी अमृतसर के ही रहने वाले हैं। उन्होंने बताया कि पुलिस को देखकर इन नौजवानों की ओर से भागने की कोशिश की गई। वहीं उन्होंने बताया कि उन्हें पता चला है कि ये लोग मजीठा क्षेत्र के काके नामक युवक से हेरोइन लेकर आगे सप्लाई करते थे। उन्होंने कहा कि फिलहाल आरोपियों पर मामला दर्ज कर उन्हें माननीय अदालत में पेश कर रिमांड पर लिया जाएगा, ताकि उनसे आगे की पूछताछ की जा सके, जिससे और भी खुलासे होने की संभावना है। अमृतसर से हलचल के लिए सुनीत खोसला की रिपोर्ट। सर, साढ़े ना ASI मनोज कुमार नाल उन्होंने शहबाज तो राजविंदर सिंह जी, इन्होंने नाका लगाया हुआ सी भैड़े अफसर की तलाश के संबंध में। मुखबर आकाश ने आ के इन्हों दसिया कि आ सामने होटल जोड़ा है वा होलीडे इन, वो बिल्कुल सामने पार्क के नाल 3 लड़के खड़े है, तो हीरे बेचने खरीदने का काम करते हैं। ਅਤੇ ਜੇ ਤੁਸੀਂ ਇਹਨਾਂ ਦੀ ਤਲਾਸ਼ੀ ਲਓਗੇ ਅਤੇ ਇਹਨਾਂ ਫੜੋਗੇ ਤਾਂ ਇਹਨਾਂ ਦੇ ਕੋਲੋਂ ਸਮਾਨ ਤੁਹਾਨੂੰ ਮਿਲ ਸਕਦਾ ਵਾ। ਅਤੇ ਮੌਕੇ 'ਤੇ ਮਨੋਜ ਕੁਮਾਰ ਸਵੇਦ ਪਾਰਟੀ ਨੇ ਆਣ ਕੇ ਇਹਨਾਂ ਨੂੰ ਰੋਕਿਆ ਅਤੇ ਜਲੰਧਰ ਇਹਨਾਂ ਨੇ ਇੰਟੀਮੇਸ਼ਨ ਦਿੱਤੀ, ਜਿਸ ਸੰਬੰਧ ਵਿੱਚ ਸੀਨੀਅਰ ਅਫਸਰਾਂ ਦੇ ਹੁਕਮਾਂ ਮੁਤਾਬਕ ਮੈਨੂੰ ਭੇਜਿਆ ਗਿਆ ਜਲੰਧਰ ਤੋਂ, ਜੋ ਮੈਂ ਆਣ ਕੇ ਇਹ ਤਿੰਨਾਂ ਨੂੰ ਪੁੱਛਿਆ, ਆਪਣਾ ਰੈਫਰੈਂਸ ਦਿੱਤਾ ਕਿ ਮੈਂ SI ਸੰਜੀਵ ਕੁਮਾਰ SDF ਜਲੰਧਰ, ਅਤੇ ਤੁਹਾਡੇ ਕੋਲ ਕੋਈ ਨਸ਼ੀਲਾ ਪਦਾਰਥ ਹੋਣ ਦਾ ਸਾਨੂੰ ਡਾਊਟ ਹੈਗਾ ਵਾ, ਅਤੇ ਤੁਸੀਂ ਮੈਨੂੰ ਤਲਾਸ਼ੀ ਦੇਣੀ ਚਾਹੁੰਦੇ ਆ ਜਾਂ ਮੇਰੇ ਤੋਂ ਕਿਸੇ ਗਸਟਡ ਅਫਸਰ ਜਾਂ ਸੀਨੀਅਰ ਅਫਸਰ ਨੂੰ ਦੇਣੀ ਚਾਹੁੰਦੇ ਆ। ਅਤੇ ਇਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਤਲਾਸ਼ੀ ਨਹੀਂ ਦੇਣੀ, ਅਸੀਂ ਕਿਸੇ ਗਸਟਡ ਅਫਸਰ ਨੂੰ ਤਲਾਸ਼ੀ ਦੇਣੀ ਆ। ਜਿਸ ਸੰਬੰਧ ਵਿੱਚ ਫਿਰ DSP ਸ਼੍ਰੀ ਜੋਗੇਸ਼ ਕੁਮਾਰ ਜੀ SDF ਜਲੰਧਰ ਜੀ ਨੂੰ ਮੈਂ ਫੋਨ ਕਰਕੇ ਬੁਲਾਇਆ, ਜਿਨ੍ਹਾਂ ਨੇ ਮੌਕੇ 'ਤੇ ਆਣ ਕੇ ਇਹਨਾਂ ਨੂੰ ਆਪਣਾ ਰੈਫਰੈਂਸ ਆਪਣਾ ਨਾਮ ਦੱਸਿਆ, ਅਤੇ ਜੋ ਇਹ ਤਿੰਨੇ ਬੰਦਿਆਂ ਨੇ ਆਪਣੀ ਤਲਾਸ਼ੀ ਦੇਣ ਦੀ ਮਨਜ਼ੂਰੀ ਦੇ ਦਿੱਤੀ ਸਾਹਿਬ ਨੂੰ, ਜੋ ਮੇਰੇ ਵੱਲੋਂ ਡਿਪ ਸਾਹਿਬ ਦੇ ਹੁਕਮ ਮੁਤਾਬਕ ਮੇਰੇ ਵੱਲੋਂ ਇਹਦੀ ਤਲਾਸ਼ੀ ਲਈ। ਤਲਾਸ਼ੀ ਲੈਣ 'ਤੇ ਗੁਰਪ੍ਰੀਤ ਸਿੰਘ ਉਰਫ ਕਰਨ ਸਨ ਉਫ ਲਖਵਿੰਦਰ ਸਿੰਘ ਵਾਸੀ ਮੁਰਾਦਪੁਰ ਰਾਮਪੁਰਾ ਥਾਣਾ ਕੰਬੋਜ ਦੀ ਪੈਂਟ ਦੀ ਸੱਜੀ ਜੇਬ ਵਿੱਚੋਂ ਨਸ਼ੀਲਾ ਪਦਾਰਥ ਪ੍ਰਾਪਤ ਹੋਇਆ, ਜਿਹਨੂੰ ਮਤਲਬ ਸੁੰਘ ਕੇ ਚੈੱਕ ਕੀਤਾ ਤਾਂ ਇੱਦਾਂ ਲੱਗ ਰਿਹਾ ਹੀਰੋਇਨ ਹੈਗੀ ਆ। ਅਤੇ ਜੋ ਸੀਨੀਅਰ ਅਫਸਰਾਂ ਦੀ ਮੌਜੂਦਗੀ ਵਿੱਚ ਇਹਦਾ ਵੇਟ ਕੀਤਾ ਗਿਆ ਤਾਂ 270 ਗ੍ਰਾਮ ਮੋਮੀ ਲਿਫਾਫੇ ਦੇ ਵਿੱਚ ਇਹਦਾ ਵੇਟ ਪਾਇਆ ਗਿਆ, ਜਿਹਨੂੰ ਸੀਨੀਅਰ ਅਫਸਰਾਂ ਦੀ ਹਾਜ਼ਰੀ ਵਿੱਚ ਇਹ ਪਲਾਸਟਿਕ ਡੱਬੇ ਵਿੱਚ ਪਾ ਕੇ ਸੀਲ ਮੋਹਰ ਕੀਤਾ ਗਿਆ। ਉਸ ਤੋਂ ਬਾਅਦ ਦੂਜੇ ਸਾਗਰ ਸਨ ਓਫ ਜਸਪਾਲ ਸਿੰਘ ਵਾਸੀ ਕੋਟ ਮੀਰਾ
ਗਲੀ ਨੰਬਰ 3 ਅਤੇ ਸੁੱਖੇ ਦੀ ਚੱਕੀ ਦੇ ਨੇੜੇ ਇਹਦਾ ਘਰ ਹੈਗਾ, ਇਹਦੀ ਤਲਾਸ਼ੀ ਕੀਤੀ ਗਈ। ਅਤੇ ਨਾਲ ਜਿਹੜਾ ਤੀਸਰਾ ਬੰਦਾ ਸੀ ਮੋਟਰਸਾਈਕਲ ਚਾਲਕ ਜਗਰੂਪ ਸਿੰਘ ਸਨ ਆਫ ਮੁਖਤਿਆਰ ਸਿੰਘ, ਇਹਨਾਂ ਤਲਾਸ਼ੀ ਕੀਤੀ ਗਈ। ਅਤੇ ਇਹ ਤਿੰਨਾਂ ਦੇ ਕੋਲੋਂ ਇਹ ਹੈਗੇ ਤਿੰਨੇ ਬੰਦੇ ਇਕੱਠੇ ਹੀ ਹੀਰੋਇਨ ਦਾ ਕੰਮ ਵੇਚਦੇ ਅਤੇ ਖਰੀਦਦੇ ਆ। ਅਤੇ ਜੋ ਇਹਨਾਂ ਨੇ ਦੱਸਿਆ ਕਿ ਕਾਕਾ ਵਾ ਪਿੰਡ ਮਜੀਠਾ ਤੋਂ, ਜਿਨ੍ਹਾਂ ਕੋਲੋਂ ਅਸੀਂ ਹੀਰੋ ਲਿਆ ਕੇ ਗਾਂਹ ਵੇਚਦੇ ਆ, ਜੋ ਇਹ ਮੌਕੇ 'ਤੇ ਫੜੇ ਗਏ। ਸਰ ਇਹ ਕਿੰਨੇ ਚਿਰ ਤੋਂ ਕੰਮ ਕਰਦੇ? ਇਹ ਹੁਣ ਤਫਤੀਸ਼ ਦੌਰਾਨ ਹਾਲੇ ਤਾਂ ਇਹ ਦੱਸ ਰਹੇ ਕਿ ਅਸੀਂ 2-4 ਵਾਰੀ ਪਹਿਲਾਂ ਕੀਤਾ ਵਾ ਕੰਮ, ਅਤੇ ਹੁਣ ਮਤਲਬ ਇਹਨਾਂ ਦਾ ਰਿਮਾਂਡ ਲਵਾਂਗੇ, ਪੁੱਛ ਗਿੱਛ ਤਾਂ ਫਿਰ ਪਤਾ ਲੱਗੂਗਾ ਕਿੰਨੀ ਦੇਰ ਤੋਂ ਕਰ ਰਿਹਾ ਇਹ ਕੰਮ। ਨਵਾਂ ਸ਼ਹਿਰ ਪੁਲਿਸ ਨੇ ਇੱਕ ਪ੍ਰਵਾਸੀ ਮਹਿਲਾ ਕੀ ਹੱਤਿਆ ਕੇ ਆਰੋਪੀ ਕੋ 36 ਘੰਟੋ ਕੀ ਭੀਤਰ ਗ੍ਰਿਫਤਾਰ ਕਰ ਲਿਆ। ਤੋ ਵਹੀਂ SSP ਡਾਕਟਰ ਮਹਿਤਾਬ ਸਿੰਘ ਦਰਾ ਨੇ ਪੱਤਰਕਾਰੋ ਕੋ ਜਾਣਕਾਰੀ ਦੇਤੇ ਹੋਏ ਬਤਾਇਆ ਕਿ 31 ਜੁਲਾਈ ਕੀ ਮੱਧ ਰਾਤਰੀ ਕੋ ਮ੍ਰਿਤਕਾ ਰੂਨਾ ਦੇਵੀ ਕਾ ਕਤਲ ਕਰਨੇ ਵਾਲੀ ਉਨਕੇ ਪਤੀ ਸ਼ੈਟੂ ਕੁਮਾਰ ਨਿਵਾਸੀ ਵਾਰਡ 4 ਸਿੰਹਪੁਰ ਬਿਹਾਰ ਕੋ ਗ੍ਰਿਫਤਾਰ ਕਰ ਲਿਆ ਗਿਆ ਹੈ। ਵਹੀਂ ਗਾਓ ਕੇ ਪੂਰਵ ਸਰਪੰਚ ਜਰਨੈਲ ਸਿੰਘ ਨਿਵਾਸੀ ਮਾਹਿਲ ਖੁਰਦ ਨੇ ਪੁਲਿਸ ਕੋ ਬਤਾਇਆ ਕਿ ਗਾਓ ਕੇ ਕੁਲਵਿੰਦਰ ਸਿੰਘ ਉਰਫ ਕਿੰਦਾ ਚੌਕੀ ਆਪਣੇ ਪਰਿਵਾਰ ਕੇ ਸਾਥ ਕਰਨਾਟੋ ਮੇ ਰਹਿਤੇ ਹੈ ਨੇ ਆਪਣੇ ਘਰ ਕੀ ਦੇਖਭਾਲ ਕੇ ਲਿਏ ਸ਼ੈਟੂ ਕੁਮਾਰ ਕੋ ਰੱਖਾ ਹੁਆ ਥਾ। ਸ਼ੈਟੂ ਆਪਣੀ ਪਤਨੀ ਰੂਨਾ ਦੇਵੀ ਔਰ ਬੱਚੋਂ ਕੇ ਸਾਥ ਕੁਲਵਿੰਦਰ ਸਿੰਘ ਕੇ ਘਰ ਮੇ ਅਲੱਗ ਸੇ ਬਨੇ ਕਮਰੋ ਮੇ ਰਹਿਤੀ ਥੀ। ਵਹੀਂ 31 ਜੁਲਾਈ ਕੀ ਰਾਤ ਕਰੀਬ 1:30 ਵਜੇ ਸ਼ੈਟੂ ਕੁਮਾਰ ਨੇ ਆਪਣੀ ਪਤਨੀ ਰੂਨਾ ਦੇਵੀ ਕੇ ਸਾਥ ਵਿਵਾਦ ਕੀਆ ਔਰ ਉਸਕੀ ਪਿਟਾਈ ਕੀ, ਜਿਸਸੇ ਰੂਨਾ ਦੇਵੀ ਕੋ ਗੰਭੀਰ ਚੋਟੇ ਆਈ ਔਰ ਉਸਕੀ ਮੌਤ ਹੋ ਗਈ। ਮਾਮਲੇ ਕੀ ਗੰਭੀਰਤਾ ਕੋ ਦੇਖਤੇ ਹੋਏ SHO ਨਰੇਸ਼ ਕੁਮਾਰੀ ਕੇ ਨੇਤ੍ਰਿਤਵ ਮੇਂ ਇੱਕ ਟੀਮ ਕਾ ਗਠਨ ਕੀਆ ਗਿਆ, ਜਿਸਨੇ ਆਰੋਪੀ ਸ਼ੈਟੂ ਕੁਮਾਰ ਕੋ ਮਾਹਿਲ ਖੁਰਦ ਸੇ ਗ੍ਰਿਫਤਾਰ ਕੀਆ। ਵਹੀਂ ਪੁਲਿਸ ਨੇ ਉਨਕੇ ਪਾਸ ਸੇ ਵਾਰਦਾਤ ਮੇਂ ਇਸਤੇਮਾਲ ਕੀਆ ਗਿਆ ਡੰਡਾ ਵੀ ਬਰਾਮਦ ਕੀਆ ਹੈ। ਜਾਂਚ ਮੇਂ ਸਾਹਮਣੇ ਆਇਆ ਕਿ ਸ਼ੈਟੂ ਕੁਮਾਰ ਔਰ ਰੂਨਾ ਦੇਵੀ ਕੀ ਵਿਵਾਹਿਕ ਸੰਬੰਧ ਅੱਛੇ ਨਹੀਂ ਥੇ, ਜਿਸਕੇ ਕਾਰਨ ਇਹ ਘਟਨਾ ਘਟੀ। ਪੁਲਿਸ ਨੇ ਆਰੋਪੀ ਕੇ ਖਿਲਾਫ਼ ਮਾਮਲਾ ਦਰਜ ਕਰ ਕਾਨੂੰਨੀ ਕਾਰਵਾਈ ਸ਼ੁਰੂ ਕਰਦੀ ਹੈ। ਇਸੇ ਟੀਮ ਦੇ ਵੱਲੋਂ ਜਿਹੜਾ ਇੱਕ ਔੜ ਦੇ ਵਿੱਚ ਵੀ ਇੱਕ ਵਾਰਦਾਤ ਹੋਈ ਸੀ, ਉਹਦੇ ਵਿੱਚ ਇੱਕ ਹਸਬੈਂਡ ਨੇ ਜਿਹੜਾ ਆਪਣੀ ਵਾਈਫ ਦਾ ਕਤਲ ਕਰਤਾ ਸੀ। ਇਹਨਾਂ ਦੀ ਕਿਸੇ ਗੱਲ ਪਿੱਛੇ ਆਪਸ ਦੇ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਤਲਖੀ ਰਹਿੰਦੀ ਸੀ। ਕਿਸੇ ਗੱਲ ਪਿੱਛੇ ਇਹਨਾਂ ਦੀ 31 ਤਰੀਕ ਨੂੰ ਰਾਤ ਨੂੰ ਕਹਾ ਸੁਣੀ ਹੋਈ ਅਤੇ ਉਹਨੇ ਜਿਹੜਾ ਇੱਕ ਡੰਡੇ ਦੇ ਨਾਲ ਆਪਣੀ ਵਾਈਫ ਦੇ ਉੱਤੇ ਕਾਫੀ ਵਾਰ ਕੀਤੇ। ਉਸ ਤੋਂ ਬਾਅਦ ਬੇਹੋਸ਼ੀ ਦੀ ਹਾਲਤ ਤੋਂ ਬਾਅਦ ਜਿਹੜੀ ਉਹਦੀ ਉੱਥੇ ਡੈਥ ਹੋ ਗਈ। ਜਦੋਂ ਪੁਲਿਸ ਨੂੰ ਇਹਦੀ ਜਾਣਕਾਰੀ ਮਿਲੀ ਤਾਂ ਅਸੀਂ FIR ਨੰਬਰ 60/24/103 BNS ਜਿਹੜਾ ਔੜ ਪੁਲਿਸ ਸਟੇਸ਼ਨ ਦੇ ਵਿੱਚ ਰਜਿਸਟਰ ਕੀਤਾ ਅਤੇ ਇਹਨੂੰ ਬਾਅਦ ਦੇ ਵਿੱਚ ਜਿਹੜਾ ਇਸ ਦੋਸ਼ੀ ਨੂੰ ਉਹਦੇ ਹਸਬੈਂਡ ਨੂੰ ਇਹਨੂੰ ਵੀ ਅਸੀਂ ਅਰੈਸਟ ਕਰ ਲਿਆ। ਇਹਦਾ ਨਾਮ ਹੈਗਾ ਸ਼ੈਂਟੂ ਕੁਮਾਰ, ਇਹ ਦੋਵੇਂ ਪ੍ਰਵਾਸੀ ਹੈਗੇ ਨੇ ਤਾਂ ਉੱਥੇ ਹੀ ਮਾਲ ਖੁਰਦ ਪਿੰਡ ਦੇ ਵਿੱਚ ਜਿਹੜਾ ਹੈਗਾ ਉੱਥੇ ਹੀ ਰਹਿੰਦੇ ਸੀਗੇ। ਇਹਨਾਂ ਦਾ ਆਪਸ ਦੇ ਵਿੱਚ ਹੀ ਕਾਫੀ ਝਗੜਾ ਰਹਿੰਦਾ ਸੀਗਾ, ਉਸ ਦਿਨ ਜਿਹੜਾ ਹੈਗਾ ਝਗੜਾ ਵੱਧ ਗਿਆ ਤਾਂ ਇਸੇ ਕਾਰਨ ਕਰਕੇ ਉਹਨੇ ਜਿਹੜਾ ਉਹਦਾ ਕਤਲ ਕੀਤਾ। ਹਾਂਜੀ ਬਿਲਕੁਲ ਜੀ, ਇਹ ਵੀ ਇੱਕ ਲੱਗਦਾ ਹੈਗਾ ਕਿ ਇਹਨੇ ਜਿਹੜਾ ਸ਼ਰਾਬ ਪੀਤੀ ਸੀ ਉਹ ਵੀ ਇੱਕ ਕਾਰਨ ਲੱਗਦਾ ਕਿ ਉਹਨਾਂ ਦਾ ਕਤਲ ਕੀਤਾ। ਬੱਚੇ ਛੋਟੇ ਹੈਗੇ ਆ ਜੀ, ਬੱਚੇ ਬਿਲਕੁਲ 2 ਬੱਚੇ ਇਹਨਾਂ ਦੇ, ਦੋਵੇਂ ਬੱਚੇ ਛੋਟੇ ਹੈਗੇ। ਬੱਚੇ ਬਿਲਕੁਲ ਜੀ, ਜਿਹੜਾ ਇਹ ਜਿਹਨਾਂ ਦੀ ਇਹਨਾਂ ਨੇ ਰੱਖਿਆ ਹੋਇਆ ਸੀ ਹਜੇ ਉੱਥੇ ਅਸੀਂ ਉਹਨਾਂ ਨਾਲ ਕਰਕੇ ਜੋ ਉਹਨਾਂ ਦੇ ਰਿਸ਼ਤੇਦਾਰ ਹੈਗੇ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਹੈਂਡਓਵਰ ਕੀਤੇ। ਜੰਡਿਆਲਾ ਗੁਰੂ ਸ਼ਹਿਰ ਮੇਂ ਚੋਰੀ ਕੀ ਵਾਰਦਾਤਾਂ ਬੜਤੀ ਹੀ ਜਾ ਰਹੀ ਹੈ। ਗਤ ਦਿਨੋਂ ਜੰਡਿਆਲਾ ਗੁਰੂ ਸ਼ਹਿਰ ਮੇਂ ਕਈ ਦੁਕਾਨੋਂ ਕੇ ਸ਼ਟਰ ਤੋੜਕਰ ਚੋਰੀ ਕੀ ਵਾਰਦਾਤੋਂ ਕੋ ਅੰਜਾਮ ਦਿਆ ਗਿਆ ਥਾ, ਜਿਸਕਾ ਅਭੀ ਤੱਕ ਪਤਾ ਨਹੀਂ ਚੱਲ ਪਾਇਆ ਹੈ। ਤੋ ਵਹੀਂ ਗਤ ਰਾਤਰੀ ਜੰਡਿਆਲਾ ਗੁਰੂ ਕੀ ਘਾਸ ਮੰਡੀ ਚੌਂਕ ਮੇਂ 3 ਚੋਰੀਆਂ ਹੋਣੇ ਕਾ ਮਾਮਲਾ ਸਾਹਮਣੇ ਆਇਆ ਹੈ। ਇਨ 3 ਚੋਰੀਓ ਮੇਂ ਚੋਰ ਛੱਤ ਕੇ ਰਾਸਤੇ ਦੁਕਾਨ ਮੇਂ ਦਾਖਲ ਹੋਈ। ਤੋ ਵਹੀਂ ਇਨ ਚੋਰੀਓ ਕੀ ਵਜਹ ਸੇ ਸ਼ਹਿਰ ਵਾਸੀਓ ਮੇਂ ਡਰ ਕਾ ਮਾਹੌਲ ਪਾਇਆ ਜਾ ਰਿਹਾ ਹੈ। ਵਹੀਂ ਪੀੜੇ ਦੁਕਾਨਦਾਰੋਂ ਨੇ ਕਿਹਾ ਕਿ ਪਹਿਲੇ ਹੀ ਉਨਕੇ ਕਾਮਕਾਜ ਠੱਪ ਪੜੇ ਹੋਏ ਹੈ, ਅਗਰ ਥੋੜ੍ਹੇ ਬਹੁਤ ਪੈਸੇ ਵੀ ਕਮਾਤੇ ਹੈ ਤੋ ਵੇ ਵੀ ਚੋਰ ਚੋਰੀ ਕਰ ਲੇ ਜਾਤੇ ਹੈ। ਇਸ ਲਈ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਸੇ ਯਹਾਂ ਪਰ ਗਸ਼ਤ ਬੜਾਨੇ ਕੀ ਮੰਗ ਕੀ ਹੈ। ਵਹੀਂ ਜਬ ਇਸ ਸੰਬੰਧ ਮੇਂ
पुलिस अधिकारी से बात की गई तो उन्होंने कहा कि इस संबंध में उनके वरिष्ठ अधिकारी ही बातचीत करेंगी, वे कोई जवाब नहीं देंगी। अमृतसर से हलचल के लिए सुनील खोसला की रिपोर्ट। की नाम जी अपना? अपना नाम कोमल कुमार, सन ऑफ श्री बलदेव राज, वासी जंडियाला गुरु, जो कि रात नूं साढ़े दुकान से चोरी हुई है, जिहड़ा कि 8 to 10,000 रुपया गले दे विच पिया सी, उह लै गए 5-7 बैग, चार बैग सूटां दे लै गए भरे हुए, बस ये चोरी हुई। ये उपरों की कोठे थानी आए तो बहुत ही मंदा हाल है, 3-4 दुकानों से लगातार अच्छ चोरी हुई है, रात कल रात ही 3-4 दुकानों से लगातार चोरी हुई है। एक टेलीविजन शोरूम है उत्थे चोरी हुई है, तो एक प्रदीप डॉक्टर है उस दुकान पर चोरी हुई है, उन्होंने दुकान तो भी 5-7,000 रुपया, तो नाल होर समान लै गए, तो मोबाइलों वाली दुकान तो मोबाइल लै गए, साड़ी दुकान तो 8-10,000 रुपया कैश लै गए, तो नाल 3-4 बैग लै गए सूटा। ਉਹ ਤੋੜ ਗਏ ਆ, ਪਰ ਚੈੱਕ ਕਰਾਉਣ ਵਾਸਤੇ ਭੇਜਿਆ ਸੀ ਸੀ ਕੈਮਰੇ ਕਿ ਕੀ ਔਰ ਫੋਟੋਜ ਦੇ ਵਿੱਚ ਆਉਂਦਾ ਹੈ, ਫਿਰ ਦੇਖਦੇ ਹਾਂ। ਉਹ ਤੋਂ ਬਾਅਦ ਇਹਦੇ ਬਾਰੇ ਤੁਸੀਂ ਪੁਲਿਸ ਨੂੰ ਅਜੇ ਤੱਕ ਇਨਫੋਰਮ ਕੀਤਾ ਕਿ ਨਹੀਂ? ਪੁਲਿਸ ਵਾਲਿਆਂ ਨੂੰ ਇਨਫੋਰਮ ਕਰਤਾ ਹੈ, ਆ ਗਏ ਆ, ਦੇਖ ਕੇ ਗਏ ਆ, ਅਜੇ ਦੇਖੋ ਕੀ ਕਾਰਵਾਈ ਕਰਦੇ ਆ। ਉਹ ਤੋਂ ਬਾਅਦ ਕੀ ਚਾਹੁੰਦੇ ਹੋ ਪ੍ਰਸ਼ਾਸਨ? ਅਸੀਂ ਪ੍ਰਸ਼ਾਸਨ ਕੋਲ ਇਹੋ ਚਾਹੁੰਦੇ ਹਾਂ ਕਿ ਚੋਰੀਆਂ ਨੂੰ ਡੱਕਿਆ ਜਾਵੇ, ਜੋ ਸ਼ਹਿਰ ਦਾ ਸੁਧਾਰ ਕੀਤਾ ਜਾਵੇ, ਅਤੇ ਚੋਰੀਆਂ 'ਤੇ ਨਕੇਲ ਪਾਈ ਜਾਵੇ, ਕਿ ਸਾਡਾ ਜੋ ਹਰਜਾਨਾ ਬਣਦਾ ਸਾਡਾ ਦਵਾਇਆ ਜਾਵੇ। ਹਾਂਜੀ ਭਾਅ ਜੀ, ਦੁਕਾਨ ਦਾ ਨਾਮ ਭਗਵਾਨ ਦਾਸ ਤਲੋਕਚੰਦ, ਅਸੀਂ ਸਵੇਰੇ ਘਰੋਂ ਹਲੇ ਮੈਂ ਤਾਂ ਘਰੇ ਸੀਗਾ, ਅਤੇ ਸਾਡਾ ਦੂਸਰਾ ਮੁੰਡਾ ਜਿਹੜਾ ਸੀ ਉਹ ਚਾਬੀਆਂ ਲੈ ਕੇ ਘਰੋਂ ਆਇਆ, ਅਤੇ ਆ ਕੇ ਮੈਂ ਹਲੇ ਫੋਨ ਕੀਤਾ, ਮੈਂ ਕਿਹਾ ਰਾਜੇ ਆ ਗਿਆ, ਕਹਿੰਦਾ ਭਾਅ ਜੀ ਮੈਂ ਆ ਗਿਆ ਪਰ ਚੋਰੀ ਹੋ ਗਈ ਮੈਨੂੰ ਲੱਗਦਾ, ਕਹਿੰਦਾ ਸ਼ਟਰ ਮੈਂ ਚੁੱਕਿਆ ਵਾ ਅਤੇ ਆਪਣੇ ਗੱਲੇ ਖੁੱਲ੍ਹੇ ਮੈਨੂੰ ਨਜ਼ਰ ਆਏ ਆ। ਮੈਂ ਉਸੇ ਵੇਲੇ ਕੁਛ ਵੀ ਨਹੀਂ, ਮੈਂ ਚਾਹ ਵੀ ਨਹੀਂ ਪੀਤੀ, ਮੈਂ ਫਟਾਫਟ ਆਇਆ ਅਤੇ ਦੇਖਿਆ ਗੱਲੇ ਗੁੱਲੇ ਸਾਰਾ ਸਮਾਨ ਖਿਲਰਿਆ, ਖਿਲਰ ਕੇ ਅਤੇ ਵੇਖਿਆ 3-4 ਮੋਬਾਈਲ ਜਿਹੜੇ ਸੀ, 15 ਤੋਂ ਲੈ ਕੇ 16,000-17,000 ਦੀ ਰੇਂਜ 'ਚ ਸੀ, 4 ਮੋਬਾਈਲ ਸੀ, 4 ਮੋਬਾਈਲ 'ਤੇ ਸਾਨੂੰ ਮੈਨੂੰ ਪਹਿਲਾਂ ਨਜ਼ਰ ਪਈ ਵੀ ਮੈਂ ਕਿਹਾ ਜਦ ਲੱਗਦਾ ਮੋਬਾਈਲ ਗੁੰਮ ਹੋਏ, ਮੋਬਾਈਲ ਮੈਂ ਦੇਖੇ ਅਤੇ ਮੋਬਾਈਲ ਹੈ ਨਹੀਂ ਸੀ, ਹੋਰ ਮੈਂ ਚੀਜ਼ਾਂ LED ਵਗੈਰਾ ਮੈਂ ਦੇਖੀਆਂ ਹਾਲੇ ਤੱਕ ਤਾਂ ਮੈਨੂੰ ਠੀਕ ਲੱਗਾ, ਲੇਕਿਨ ਹੁਣ ਜੇ ਜੋ ਵੇਖੀਆਂ ਵਾ ਕਿ ਸਮਾਨ ਜ਼ਿਆਦਾ ਹੋਣ ਕਰਕੇ ਨਾ ਪਤਾ ਨਹੀਂ ਲੱਗਾ ਵੀ ਕਿਹੜੀ ਕਿਹੜੀ ਚੀਜ਼ ਗੁੰਮ ਆ, ਜਦੋਂ ਹੁਣ ਵੇਖਾਂਗੇ ਗਾਹਕ ਆਊਗਾ ਕਿਹੜੀ ਚੀਜ਼ ਨਹੀਂ ਹੈਗੀ ਉਹ ਸਾਨੂੰ ਪਤਾ, ਬਾਅਦ 'ਚ ਦੱਸਾਂਗੇ ਵੀ ਕੀ ਚੀਜ਼ ਸਾਡੀ ਗੁੰਮ। ਪੁਲਿਸ ਨੂੰ ਸੂਚਿਤ ਕੀਤਾ ਵਾ, ਉਹ ਆਏ ਸੀਗੇ 2 ਮੁਲਾਜ਼ਮ, ਉਹ ਲੈ ਕੇ ਆਪਣੇ ਮਾੜਾ ਮੋਟਾ ਲਿਖ ਕੇ ਅਤੇ ਆਪਣਾ ਬਿਆਨ ਬਿਆਜੀ ਫੋਟੋ ਖਿੱਚ ਕੇ ਲੈ ਗਏ। ਨੁਕਸਾਨ ਸਾਡਾ ਹੋਊਗਾ ਲਗਭਗ 1.25 lakh ਦਾ ਲਗਭਗ ਹੋ ਗਿਆ। CCTV ਦੇ ਵਿੱਚ ਕੁਛ ਉਹ ਲੱਗ ਗਈ ਵੀ ਸਾਡੇ ਗੁਆਂਢ ਇੱਕ ਚੋਰੀ ਹੋਈ ਆ, ਉਹਨਾਂ ਦੇ CCTV ਕੈਮਰੇ ਲੱਗੇ, ਸਾਡੇ ਨਹੀਂ ਲੱਗੇ, ਉਹਨਾਂ ਦੇ ਲੱਗੇ ਸੀ, ਉਹ ਉਹਨਾਂ ਨੇ ਕੱਟ ਕੇ ਤਾਰਾਂ ਉਹਨਾਂ ਨੇ ਬੰਦ ਉਹ ਲਾ ਗਏ, ਉਹਨਾਂ ਨੂੰ ਕੋਈ ਬੰਦੇ ਨੂੰ ਹਾਲੇ ਤੱਕ ਕੋਈ ਪਤਾ ਨਹੀਂ ਲੱਗਾ। ਕਿੰਨੀਆਂ ਚੋਰੀਆਂ ਹੋਈਆਂ? ਸਾਡੇ 3 ਦੁਕਾਨਾਂ ਦੀ ਹੋ ਗਈ ਜੀ ਲਗਭਗ, ਇੱਕ ਸਾਡੇ ਨਾਲ ਕੱਪੜੇ ਦੀ ਆਪਣਾ ਸ਼ੋਰੂਮ ਹੈ ਜੀ, ਇੱਕ ਮੈਡੀਕਲ ਸਟੋਰ ਹੈ ਪ੍ਰਦੀਪ ਮੈਡੀਕਲ ਸਟੋਰ। ਉਸ ਤੋਂ ਪਹਿਲਾਂ ਵੀ ਚੋਰੀਆਂ ਹੋਈਆਂ ਕੀ ਚੰਦ ਵੀ? ਇਹ ਤੋਂ ਪਤਾ ਨਹੀਂ, ਗਰੋਹ ਤਾਂ ਮੈਨੂੰ ਲੱਗਦਾ ਇਸੇ ਉਹੀ ਹੈ ਜੀ, ਜਿਹੜਾ ਪਹਿਲਾਂ ਮੈਡੀਕਲ ਸਟੋਰ 'ਤੇ ਵੀ ਹੋਈ ਹੈ ਜੀ, ਉਹ ਤੋਂ ਵੀ 1 lakh rupees ਦੇ ਲਗਭਗ ਲੈ ਗਏ ਸੀਗੇ, ਉਸ ਤੋਂ ਬਾਅਦ ਦੀਚੇ ਬੀਚ ਸਟੋਰ 'ਤੇ ਵੀ ਹੋਈ ਆ। ਮੈਨੂੰ ਤਾਂ ਲੱਗਦਾ ਵੀ ਇਹੋ ਜਿਹੜੇ ਪੱਕੇ ਚੋਰ ਆ ਜੀ, ਜਿਹੜੇ 3 ਦਰਵਾਜ਼ੇ ਤੋੜ ਕੇ ਜਿਹੜੇ ਬੰਦੇ, ਇਹ ਜਿਹੜਾ ਸਾਡੇ ਦਰਵਾਜ਼ੇ ਆ ਇਹ ਖਾਲਾ ਜੀ ਦਾ ਵਾਲਾ ਨਹੀਂ ਤੋੜ ਕੇ ਟੁੱਟਣੇ, ਇਹ ਬਹੁਤ ਮਜ਼ਬੂਤ, ਆਪਣੇ ਨੂੰ ਬਹੁਤ ਸੇਫਟੀ ਦੇ ਨਾਲ ਲਾਈ ਹੈ, ਜਿਹੜੇ ਤੋੜ ਕੇ ਨਾਲ ਦਰਵਾਜ਼ੇ ਇੰਨਾ ਅਰਧ ਸਮੇਤ ਤੋੜਤੇ ਉਹਨਾਂ ਨੇ, ਸਾਰੇ ਤੋੜ ਕੇ ਗਲੇ ਗੁਲੇ ਸਾਰਾ ਸਮਾਨ ਲੈ ਗਏ। ਚੋਰੀ ਇਹ ਹੋਈ ਵੀ ਸਾਡੇ ਨਸ਼ਾ ਇੱਥੇ ਕੋਈ ਹੈ ਨਹੀਂ, ਉੱਥੇ ਕੋਈ ਸ਼ਹਿਰ ਦੇ ਵਿੱਚ ਕੋਈ ਸਾਈ ਖਤਮ ਹੈ ਨਹੀਂ ਹੈ, ਜੇ ਇੱਥੇ ਟ੍ਰੈਫਿਕ ਵੇਖ ਲਈਏ ਤਾਂ ਜਾਮ ਲੱਗਾ ਰਹਿੰਦਾ ਜੀ ਸਾਡੇ 'ਤੇ, ਕਸਟਮਰ ਸਾਡੇ ਕੋਲ ਆਉਂਦਾ ਨਹੀਂ, ਸਾਰੀ ਦਿਹਾੜੀ ਵਿਹਲੇ ਬੈਠੇ ਰਹਿੰਦੇ ਹਾਂ, ਅਤੇ ਜੇ ਅਸੀਂ ਕੋਈ ਕਹਿੰਦੇ ਹਾਂ ਤਾਂ ਪੁਲਿਸ ਵਾਲੇ ਵੀ ਉਦੋਂ ਆਉਂਦੇ ਆ ਜਦੋਂ ਜਾਮ ਜੂਮ, ਲੋਕ ਆਪਣੀ ਸਮੱਸਿਆ ਸਮੂਹ ਆਪਣੇ ਚੱਲ ਜਾਂਦੇ ਆ, ਵਿਚਾਰੇ ਲਾ ਕੇ ਜ਼ੋਰ ਜ਼ਾਰ ਆਪਣੇ ਨਿਕਲ ਜਾਂਦੇ ਆ, ਉਦੋਂ ਆਉਂਦੀ ਪੁਲਿਸ। ਬਾਕੀ ਮੰਤਰੀ ਸਾਹਿਬ ਨੂੰ ਇਹੀ ਇਹੋ ਬੇਨਤੀ ਕਰਦੇ ਹਾਂ ਵੀ ਸਰ ਜੀ, ਸਾਡੇ ਸ਼ਹਿਰ ਦੇ ਵਿੱਚ ਤੁਸੀਂ ਮੰਤਰੀ ਜੇ, ਸਾਡੇ ਇਹ ਜਿਹੜੀਆਂ ਚੋਰੀਆਂ ਹੋ ਰਹੀਆਂ, ਤੁਸੀਂ ਤੁਹਾਡੇ ਹੁੰਦੇ ਨੇ ਚਿੜੀ ਨਹੀਂ ਫੜਕਣੀ ਚਾਹੀਦੀ ਸਾਡੇ 'ਤੇ, ਸਾਡੀ ਸੇਫਟੀ ਕੋਈ ਕਾਹਦੀ ਹੈ ਜੀ, ਦੂਜੀ ਵਾਰੀ ਚੋਰੀ ਹੋ ਗਈ ਹੈ ਸਾਰਾ ਜੀ। ਮੰਗ ਇਹੀ ਕਰਦੇ ਹਾਂ ਜੀ, ਇਹ ਬੰਦੇ ਸਾਨੂੰ ਹੁਣ ਜਿਹੜੇ ਅਸੀਂ ਤਾਂ ਕਹਿੰਦੇ ਬੰਦੇ ਫੜਕੋ ਪੜੋ, ਅਤੇ ਉਹਨਾਂ ਨੂੰ ਜਿਹੜਾ ਸਮਾਨ ਹੈ ਗਾਹ ਇਹਨਾਂ ਨੂੰ ਪਤਾ ਲੱਗੇ ਵੀ ਇੱਕ ਵਾਰੀ ਤੁਸੀਂ ਇੱਕ ਕਾਮ ਮਾਰ ਕੇ ਟੰਗਿਆ, ਦੂਜੀ ਵਾਰੀ ਕਈ ਹੋਰ ਮਿਹਤਰਾ ਪਵੇਗੀ ਇਹ ਕੰਮ ਕਰਨ 'ਤੇ।
ਸਰ ਰਾਤੀ ਚੋਰੀ ਹੋਈ ਹੈ ਸਰ, ਤਕਰੀਬਨ 7000 ਦਾ ਕੈਸ਼ ਚੱਕਿਆ ਗਿਆ ਸਰ ਜੀ, ਬਾਕੀ ਕੁਛ ਮੈਡੀਸਿਨ ਦੇ ਪੱਤੇ ਕਾਫੀ ਵਿੱਚੋਂ ਮਿਸਿੰਗ ਹੈਗੇ ਆ ਸਰ ਜੀ, ਤਕਰੀਬਨ 10-15 ਹਜ਼ਾਰ ਦਾ ਲੋਸ ਹੋਇਆ ਸਰ ਜੀ, ਬਹੁਤ ਮਾੜੀ ਗੱਲ ਹੈਗੀ ਸਰ ਜੀ। ਚੋਰ ਕਿੱਥੋਂ ਆਏ ਇਹ ਸਰ? ਉੱਪਰਲੇ ਦਰਵਾਜ਼ੇ ਟੁੱਟੇ ਹੋਏ ਸੀਗੇ ਸਾਰੇ ਸਰ, ਪਰ ਉਹ ਕਿਹਨਾਂ ਬਿਲਡਿੰਗ ਤੋਂ ਉੱਪਰੋਂ ਆਏ ਸਰ ਜੀ। ਇਹ ਤਾਂ ਸਵੇਰੇ ਪਤਾ ਲੱਗਿਆ ਜਦੋਂ ਸਵੇਰੇ ਸਰ ਦੁਕਾਨ ਖੋਲੀ ਤਾਂ ਕਸਟਮਰ ਸਾਹਿਬ ਪੈਸੇ ਕੱਟਣ ਲੱਗੇ ਤੇ ਕਿਹਨਾਂ ਗੱਲੇ 'ਚ ਪੈਸੇ ਨਹੀਂ ਸੀਗੇ ਸਰ। ਪੁਲਿਸ ਦਾ ਮੁਲਾਜ਼ਮ ਹੁਣ ਹੋ ਗਏ ਸਾਡੇ ਕੋਲ ਸਰ ਜੀ, ਹੋ ਗਏ। ਕੀ ਮੰਗ ਕਰਦੇ ਪ੍ਰਸ਼ਾਸਨ ਕੋਲ? ਪ੍ਰਸ਼ਾਸਨ ਮੰਗ ਕਰਦਾ ਵੀ ਨਿਆਂ ਹੋਣਾ ਚਾਹੀਦਾ ਜੀ, ਇਹ ਤਾਂ ਨੱਥ ਪਾਣੀ ਜਾਣੀ ਚਾਹੀਦੀ ਹੈਗੀ ਇਹਨਾਂ ਤੋਂ, ਫਸਾ ਕੇ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ ਸਰ ਕੋਈ। ਜਲੰਧਰ ਕੇ ਬਸਤੀ ਦਾਨਿਸ਼ਮੰਦਾਂ ਮੇਂ ਆਯੋਜਿਤ ਇੱਕ ਸਮਾਰੋਹ ਮੇਂ ਬੇਟੀਓਂ ਕੋ ਉੱਚ ਸ਼ਿਕਸ਼ਾ ਦਿਲਾਨੇ ਕੇ ਲੀਏ ਛਾਤਰ ਵ੍ਰਿਤੀਆਂ ਪ੍ਰਦਾਨ ਕੀ ਗਈ। ਇਸ ਆਯੋਜਨ ਮੇਂ ਸ਼੍ਰੀ ਦੇਵੀ ਤਲਾਬ ਮੰਦਿਰ ਪ੍ਰਬੰਧਕ ਕਮੇਟੀ ਕੇ ਕੋਸ਼ਾਧਿਅਕਸ਼ ਔਰ ਵਪਾਰ ਮੰਡਲ ਕੇ ਪ੍ਰਧਾਨ ਪਵਿੰਦਰ ਬਹਿਲ, ਸਮਾਜ ਸੇਵਕ ਰਾਕੇਸ਼ ਕਸ਼ਯਪ, ਉਦਯੋਗਪਤੀ ਰਾਹੁਲ ਬਹਿਲ, ਰਵਿੰਦਰ ਕੁਮਾਰ ਮਹਿੰਦੀ ਰੱਤਾ, ਬੈਂਕ ਸੇ ਰਿਟਾਇਰਡ ਮਦਨ ਲਾਲ, ਪ੍ਰੇਰਨਾ ਡੋਗਰਾ ਔਰ ਅਨਯ ਗਣਮਾਨਯ ਵਿਅਕਤੀਓਂ ਨੇ ਭਾਗ ਲਿਆ। ਤੋ ਵਹੀਂ ਇਹ ਕਾਰਜਕ੍ਰਮ ਬੇਟੀ ਪੜਾਓ ਬੇਟੀ ਬੜਾਓ ਅਭਿਆਨ ਕੇ ਤਹਿਤ NRI ਪ੍ਰਮੋਦ ਮਹਿੰਦੀ ਰੱਤਾ ਔਰ ਉਨਕੇ ਭਾਈਓਂ ਦੁਆਰਾ ਆਯੋਜਿਤ ਕੀਆ ਗਿਆ। ਇਸ ਅਵਸਰ ਪਰ 150 ਕੇ ਕਰੀਬ ਛਾਤਰਾਓਂ ਕੋ ਛਾਤਰਵ੍ਰਿਤੀਆਂ ਪ੍ਰਦਾਨ ਕੀ ਗਈ। ਵਹੀਂ ਪਵਿੰਦਰ ਬਹਿਲ ਨੇ ਇਸ ਪਹਿਲ ਕੀ ਸਰਾਹਨਾ ਕਰਤੇ ਹੋਏ ਕਿਹਾ ਕਿ ਬੇਟੀ ਬਚਾਓ ਬੇਟੀ ਪੜਾਓ ਕੇ ਸਾਥ ਸਾਥ ਬੇਟੀ ਬਸਾਓ ਪਰ ਵੀ ਧਿਆਨ ਦੇਣਾ ਆਵਸ਼ਕ ਹੈ। ਉਨ੍ਹਾਂ ਕਿਹਾ ਕਿ ਸਮਾਜ ਮੇਂ ਬੇਟਾ ਬੇਟੀ ਕੇ ਅੰਤਰ ਕੋ ਖਤਮ ਕਰ ਇੱਕ ਅੱਛੇ ਸਮਾਜ ਕਾ ਨਿਰਮਾਣ ਕੀਆ ਜਾ ਸਕਤਾ ਹੈ। ਇਸ ਦੌਰਾਨ ਰਵਿੰਦਰ ਮਹਿੰਦੀ ਰੱਤਾ ਨੇ ਕਿਹਾ ਕਿ ਬੇਟੀਓਂ ਕੋ ਲੜਕੋਂ ਕੇ ਸਮਾਨ ਅਧਿਕਾਰ ਔਰ ਮੌਕੇ ਮਿਲਣੇ ਚਾਹੀਏ ਤਾਂ ਕਿ ਵੀ ਆਪਣੀ ਖੁਸ਼ੀਓਂ ਔਰ ਇੱਛਾਓਂ ਕੋ ਪੂਰਾ ਕਰ ਸਕੇ। ਵਹੀਂ ਉਨ੍ਹਾਂ ਨੇ ਕਿਹਾ ਕਿ ਪਿਛਲੇ 8 ਵਰਸ਼ੋਂ ਸੇ ਉਨਕੇ ਭਾਈ ਆਸਟ੍ਰੇਲੀਆ ਨਿਵਾਸੀ ਪ੍ਰਮੋਦ ਮਹਿੰਦੀ ਰੱਤਾ ਇਹ ਸੇਵਾ ਕਾ ਕਾਰਯ ਕਰ ਰਹੇ ਹੈ ਔਰ ਇਹ ਕਾਰਯ ਆਗੇ ਵੀ ਜਾਰੀ ਰਹੇਗਾ। ਜਲੰਧਰ ਸੇ ਹਲਚਲ ਕੇ ਲਈ ਕੈਮਰਾਮੈਨ ਰਜਨੀਸ਼ ਸ਼ਰਮਾ ਕੀ ਰਿਪੋਰਟ। ਦੇਖੋ, ਕਿਸੇ ਨੂੰ ਐਜੂਕੇਸ਼ਨ ਦੇਣਾ ਔਰ ਮੈਡੀਕਲ ਫੈਸਿਲਿਟੀ ਦੇਣਾ ਇੱਕ ਹਰ ਬੁਲਾਰੇ ਦੇ ਹੁੰਦੇ। ਇਹ ਐਜੂਕੇਸ਼ਨ ਇੱਕ ਐਸੀ ਹੈ ਜਿਹੜੀ ਕਿ ਸਾਡੇ ਸਮਾਜ 'ਚ ਅੱਜ ਦੀ ਡੇਟ 'ਚ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਬਹੁਤ ਡੇ ਬਾਈ ਡੇ ਗਵਰਨਮੈਂਟ ਸਬਸਿਡੀ ਦੇ ਹੀ ਰਹੇ, ਲੇਕਿਨ ਪ੍ਰਾਈਵੇਟਲੀ ਵੀ ਬਹੁਤ ਮਹਿੰਗੀ ਹੁੰਦੀ ਜਾ ਰਹੀ ਹੈ, ਜਿਹੜੀ ਕਿ ਸਾਡੇ ਬੱਚੇ ਬੱਚੀਆਂ ਪੜ੍ਹਨਾ ਚਾਹੁੰਦੇ ਆ ਲੇਕਿਨ ਮਜ਼ਬੂਰੀ ਕਿਸੇ ਵੇਲੇ ਉਹਨਾਂ ਦੇ ਮਾਂ ਬਾਪ ਨੂੰ ਪਾਸ ਕਰਦਾ। ਪਰ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਕਿ ਇੱਕ ਬੱਚਿਆਂ ਨੂੰ ਪੜ੍ਹਾਉਣਾ ਔਰ ਅੱਗੇ ਇਹ ਬੱਚੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਕੇ ਇਹ ਸਾਡੇ ਸਮਾਜ ਦੇ ਸਾਡੇ ਹਿੰਦੁਸਤਾਨ ਦੀ ਇੱਕ ਸ਼ਖਸੀਅਤ ਬਣਨਗੇ ਜਿਹੜੇ ਕਿ ਅੱਛੇ ਕੰਮ ਕਰਨਗੇ ਔਰ ਕੁਛ ਇਹਨਾਂ 'ਚੋਂ ਵਿੱਚੋਂ IAS ਨਿਕਲਣੇ ਆ, ਇਹਨਾਂ ਦੇ ਵਿੱਚੋਂ IRS ਨਿਕਲਣੇ ਆ, ਤੁਹਾਡੇ ਵਿੱਚੋਂ IPS ਨਿਕਲਣੇ ਆ, ਮਿਲਟਰੀ ਦੇ ਨਿਕਲਣੇ ਆ, ਜਿਹੜੀ ਦੇਸ਼ ਦਾ ਇੱਕ ਗੌਰਵ। ਅਤੇ ਮੈਂ ਤੁਹਾਨੂੰ ਇੱਕ ਹੱਥ ਜੋੜ ਕੇ ਬੱਚੇ ਸਾਰਿਆਂ ਨੂੰ ਰਿਕੁਐਸਟ ਕਰਦਾ, ਦੇਖੋ ਤੁਹਾਡੇ ਮਾਂ ਬਾਪ ਵੀ ਬੜੀ ਮਿਹਨਤ ਕਰਕੇ ਤੁਹਾਨੂੰ ਬੇਟਾ ਪੜ੍ਹਾ ਦਿੱਤਾ ਔਰ ਤੁਸੀਂ ਇਹਨਾਂ ਦਾ ਨਾਮ ਰੋਸ਼ਨ ਕਰਨਾ, ਮਾਂ ਬਾਪ ਦਾ ਵੀ ਔਰ ਜਿਹੜੀ ਇਹ ਸੰਸਥਾ ਵੀ ਕਰ ਰਹੀ ਹੈ ਇਹਨਾਂ ਦਾ, ਇਹਨਾਂ ਵੀ ਇੱਕ ਫਖਰ ਮਹਿਸੂਸ ਹੋਏਗਾ ਕਿ ਦੇਖੋ ਜਿਹੜੇ ਬੱਚੇ ਦੇ ਸੇਵਾ ਕਰ ਰਹੇ ਸੀ ਅਸੀਂ ਉਹਨਾਂ ਦੀ, ਪਰ ਬੱਚਾ ਆਏ ਪੜ੍ਹ ਕੇ IAS ਜਾਂ IPS ਬਣਿਆ ਜਾਂ ਉਹਨੇ CA ਕਰ ਲਈ ਹੈ, ਅਤੇ ਤੁਹਾਡੇ 'ਚ ਵੀ ਇਹ ਹੁਨਰ ਹੋਣਾ ਚਾਹੀਦਾ ਵੀ ਤੁਸੀਂ ਵੱਡੇ ਬਣ ਕੇ ਤੁਸੀਂ ਆਪਣੇ ਮਾਂ ਬਾਪ ਨੂੰ ਇਹਨਾਂ ਨੂੰ ਫੋਨ ਕਰੋ ਕਿ ਅੰਕਲ ਅੱਜ ਜੇ ਅਸੀਂ ਦੇਖੋ ਤੁਹਾਡੇ ਆਸ਼ੀਰਵਾਦ ਨਾਲ ਅੱਜ ਅਸੀਂ ਇੱਥੇ ਪਹੁੰਚ ਗਏ ਹਾਂ ਔਰ ਮੇਰਾ ਵੀ ਇਹ ਮਨ ਕਰਦਾ ਕਿ ਮੈਂ ਵੀ ਅੱਗੋਂ ਬੱਚਿਆਂ ਨੂੰ ਪੜ੍ਹਾਵਾਂ। ਸ਼੍ਰੀ ਇੱਛਾਧਾਰੀ ਮੰਦਿਰ ਅੱਡਾ ਰਾਏਪੁਰ ਬੱਲਾਂ ਪਠਾਨਕੋਟ ਰੋਡ ਜਲੰਧਰ ਮੇਂ 14ਵਾਂ ਵਾਰਸ਼ਿਕ ਸ਼੍ਰੀ ਅਮਰਨਾਥ ਯਾਤਰਾ ਭੰਡਾਰਾ
36वें दिन भी जारी रहा, जिसके 36वें दिन की शुरुआत दैनिक सवेरा के संयुक्त संपादक अभिषेक विज ने मुख्य अतिथि के रूप में शामिल होकर की। इस अवसर पर दैनिक सवेरा के संयुक्त संपादक अभिषेक विज ने कहा कि शिव की कृपा शिव भक्तों पर इसी तरह सेवा करते हुए बरसती रही। वहीं उन्होंने कहा कि शिव भक्तों की सेवा पर ये संस्था पुण्य का काम कर रही है। इस मौके पर भगवान दास शर्मा, राजेंद्र शर्मा, नरेश शर्मा, अशोक शर्मा, अजय कुमार, विजय कुमार, पुलकित कुमार, वैशाली रानी, नेहा रानी, इंद्रजीत शर्मा, मिंटू मेहता, विजय महाजन, राजू गोल्डी, जोगिंदर पाल शर्मा, दर्शन सिंह, अश्विनी शर्मा, राजीव शर्मा, स्वर्ण सिंह बंगम, मोहिंदर सिंह, विपन शर्मा, डॉक्टर डी एस शर्मा सहित अन्य भक्तजन भी उपस्थित रहे। जालंधर से हलचल के लिए कैमरामैन सुदेश भगत के साथ संदीप शर्मा की रिपोर्ट। हर साल की तरह साडा 14वां वार्षिक भंडारा सिंह बाबा इच्छा घर के स्थान से पठानकोट नू रायपुर सूरजपुर अमरनाथ यात्रियों वास्ते लंगर लगाया जाता है। अज बड़ी खुशी का दिन है, ਸਾਡੇ ਵੱਡੇ ਵੀਰ ਸੀਤਲ ਵਿੱਚ ਜੀ ਦੇ ਪੁੱਤਰ ਜੀ ਅੱਜ ਸਾਡੇ ਵਿੱਚ ਆਏ ਨੇ। ਉਹਨਾਂ ਦਾ ਸਾਡੇ ਸਿਰ 'ਤੇ ਬੜਾ ਹੱਥ ਆ, ਜਦੋਂ ਵੀ ਸਾਨੂੰ ਉਹਨਾਂ ਦੀ ਲੋੜ ਪੈਂਦੀ ਆ ਉਹ ਸਾਡੇ ਨਾਲ ਖੜ੍ਹੇ ਨੇ ਅਤੇ ਰੋਜ਼ ਆਪਣੇ ਰਿਪੋਰਟਰ ਭੇਜ ਕੇ ਸਾਡੀਆਂ ਖਬਰਾਂ ਦੇਸ਼ਾਂ ਵਿਦੇਸ਼ਾਂ 'ਚ ਪਹੁੰਚਾਉਂਦੇ ਨੇ। ਜਿਨ੍ਹਾਂ ਨੂੰ ਨਹੀਂ ਪਤਾ ਉਹ ਵੀ ਪੜ੍ਹ ਕੇ ਲੰਗਰ 'ਤੇ ਆ ਕੇ ਲੰਗਰ ਪ੍ਰਸ਼ਾਦ ਛੱਡਦੇ ਨੇ। ਯਾਤਰੀ ਬੜੀ ਸ਼ਰਧਾ ਦੇ ਨਾਲ ਲੰਗਰ ਛੱਕ ਕੇ ਬਾਬਾ ਜੀ ਦੇ ਦਰਸ਼ਨਾਂ ਨੂੰ ਜਾਂਦੇ ਨੇ ਅਤੇ ਫਿਰ ਸੁਰੱਖਿਅਤ ਆਪਣੇ ਘਰਾਂ ਦੇ ਵਿੱਚ ਪਹੁੰਚ ਜਾਂਦੇ ਨੇ। ਸਾਨੂੰ ਇਹ ਬੜੀ ਖੁਸ਼ੀ ਹੁੰਦੀ ਹੈ। ਅੱਜ ਮੈਂ ਮੇਰੇ ਵੀਰ ਛੋਟੇ ਦਾ ਬੜਾ ਧੰਨਵਾਦ ਕਰਦਾ, ਸਾਡਾ ਪੁੱਤਰ ਹੀ ਸਮਝੋ ਜੀ ਜਿਹੜੇ ਅੱਜ ਆਏ ਨੇ। ਬਾਊ ਜੀ ਨੇ ਆਉਣਾ ਸੀ, ਬਾਊ ਜੀ ਦੇ ਕੋਈ ਤਬੀਅਤ ਢਿੱਲੀ ਹੋਣ ਕਰਕੇ ਇਹਨਾਂ ਨੂੰ ਆਉਣਾ ਪਿਆ। ਮੈਂ ਇਹਨਾਂ ਦਾ ਬੜਾ ਧੰਨਵਾਦ ਕਰਦਾ, ਸਾਰੀ ਟੀਮ ਦਾ ਬੜਾ ਧੰਨਵਾਦ ਕਰਦਾ। ਪੂਰਾ 37 ਦਿਨ ਅੱਜ ਹੋ ਗਏ ਨੇ ਲਗਾਤਾਰ ਸਾਡੀਆਂ ਖਬਰਾਂ ਦੇਸ਼ਾਂ ਵਿਦੇਸ਼ਾਂ ਵਿੱਚ ਲਵਾ ਰਹੇ ਨੇ। ਮੈਂ ਧੰਨਵਾਦ ਰਾਏਪੁਰ ਸੂਰਪੁਰ ਦੀ ਜਗ੍ਹਾ 'ਤੇ ਪੁਰਾਣ ਇੱਛਾਦਾਰੀ ਦੇ ਮੰਦਿਰ ਦੇ ਵਿੱਚ ਅਸੀਂ ਅਮਰਨਾਥ ਯਾਤਰੀਆਂ ਵਾਸਤੇ ਜੋ ਲੰਗਰ ਲਗਾਇਆ ਹੈ ਉਹ 37ਵੇਂ ਦਿਨ 'ਚ ਪ੍ਰਵੇਸ਼ ਕਰ ਗਿਆ ਅਤੇ ਅੱਜ ਬਹੁਤ ਹੀ ਸੁਭਾਗਿਆਸ਼ਾਲੀ ਸਾਡਾ ਦਿਨ ਆ ਕਿ ਸਾਡੇ ਵਿੱਚ ਸ਼ੀਤਲ ਵਿੱਚ ਦੇ ਪੁੱਤਰ ਅਭਿਸ਼ੇਕ ਵਿੱਚ ਜੀ ਆਏ ਨੇ। ਉਹਨਾਂ ਦਾ ਅਸੀਂ ਕੋਟੀ ਕੋਟੀ ਧੰਨਵਾਦ ਕਰਦੇ ਹਾਂ। ਸਾਡੇ ਵਿੱਚ ਜੋਗਿੰਦਰਪਾਲ ਸ਼ਰਮਾ ਜੀ ਵੀ ਆਏ ਨੇ, ਉਹਨਾਂ ਦਾ ਵੀ ਧੰਨਵਾਦ ਆ। ਉਹ ਤਾਂ ਸਾਡੇ ਨਾਲ ਅੱਗੇ ਵੀ ਮੋਢਾ ਨਾਲ ਮੋਢਾ ਲਾ ਕੇ ਚੱਲਣ ਵਾਲੇ ਭਰਾ ਨੇ ਸਾਡੇ, ਅਤੇ ਅੱਜ ਬਹੁਤ ਖੁਸ਼ੀ ਦਾ ਦਿਨ ਆ। ਅਤੇ ਰਮਨ ਜੀ ਅਤੇ ਸੰਦੀਪ ਜੀ ਵੀ ਸਾਡੇ ਵਿੱਚ ਆਏ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਅਸੀਂ ਆਸ਼ਾ ਕਰਦੇ ਹਾਂ ਕਿ ਇਹ ਲੰਗਰ ਹਰ ਸਾਲ ਇਸ ਤਰ੍ਹਾਂ ਹੀ ਚੱਲਦਾ ਰਹੇ, ਕਿਉਂਕਿ ਇੱਥੇ ਅਮਰਨਾਥ ਯਾਤਰੀ ਬੜੀ ਸ਼ਰਧਾ ਦੇ ਨਾਲ ਆ ਕੇ ਭੋਜਨ ਪਾਉਂਦੇ ਨੇ, ਆਰਾਮ ਕਰਦੇ ਨੇ ਅਤੇ ਅੱਗੇ ਆਪਣੀ ਯਾਤਰਾ ਵੱਲ ਰਵਾਨਾ ਹੁੰਦੇ ਨੇ। ਜੈ ਭੋਲੇ ਨਾਥ, ਜੈ ਭੋਲੇ ਨਾਥ। ਸਾਡੇ ਸ਼ਹਿਰ ਦੇ ਬਹੁਤ ਹੀ ਸਤਿਕਾਰ ਹਸਤੀ ਸ਼ੀਤਲ ਵਿੱਚ ਜੀ, ਉਹਨਾਂ ਦੇ ਸਪੁੱਤਰ ਅਭਿਸ਼ੇਕ ਵਿੱਚ ਜੀ, ਅੱਜ ਜੋ ਰਾਏਪੁਰ ਸੂਰਪੁਰ ਸ਼ੇਸ਼ ਨਗਰ ਦੀ ਜਗ੍ਹਾ 'ਤੇ ਬਹੁਤ ਵੱਡਾ 35-40 ਦਿਨ ਦਾ ਇੱਕ ਲੰਗਰ ਚੱਲਦਾ। ਇਹ ਅੱਜ ਅਭਿਸ਼ੇਕ ਜੀ ਸਾਨੂੰ ਇੱਥੇ ਅਸ਼ੀਰਵਾਦ ਦੇਣ ਆਏ ਸੀ, ਬਾਊ ਜੀ ਕੁਛ ਠੀਕ ਨਹੀਂ ਸੀ, ਸੋ ਅਸੀਂ ਪਰਮ ਪਿਤਾ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਸ਼ਿਵਜੀ ਮਹਾਰਾਜ ਜਿਸ ਤਰ੍ਹਾਂ ਇਹ ਲੰਗਰ ਚੱਲਦਾ ਰਿਹਾ ਅਗਲੇ ਸਾਲ ਵੀ ਇਸ ਤੋਂ ਵੱਧ ਚੱਲੇ ਔਰ ਸਾਨੂੰ ਅਸ਼ੀਰਵਾਦ ਦੇ ਕੇ ਰੱਖਣਾ।
ਬੋਲੋ ਸੱਚੇ ਦਰਬਾਰ ਕੀ ਜੈ। जालंधर के एक निजी होटल में चारू राधिका हरप्रीत की ओर से तीज का त्यौहार बड़ी ही धूमधाम से मनाया गया। इस मौके पर अवलीन कौर ने मुख्य अतिथि के रूप में शिरकत की। इस दौरान महिलाओं ने सांस्कृतिक परिधानों में सज धज कर बढ़ चढ़कर भाग लिया। इस मौके पर तंबोला मॉडलिंग रैंप वॉक के अलावा कई प्रकार के फन गेम्स का आयोजन भी किया गया, जिसमें महिलाओं ने बढ़ चढ़कर भाग लेकर खूब लुत्फ उठाया। इस दौरान विजेता रही महिलाओं को विशेष रूप से पुरस्कृत भी किया गया। इस अवसर पर कीर्ति, रेखा, स्वाति, तनु, रूबी, पूजा, रजुल, रितु, कुसुम, आस्था, आशिमा, बबीता, नेहा, मनु, नवजोत, कमल, प्रीति, सोनिया, खुशी, प्रिया, तानिया भी मौजूद रही। जालंधर से हलचल के लिए कैमरामैन सुदेश भगत की रिपोर्ट। ਸਾਰੀਆਂ ਭੈਣਾਂ ਭਰਜਾਈਆਂ ਨੇ ਇਕੱਠੇ ਹੋ ਕੇ ਤੀਜ ਦਾ ਫੰਕਸ਼ਨ ਮਨਾਇਆ, ਠੀਕ ਹੈ ਜੀ, ਬਲੂਮ ਹੋਟਲ ਦੇ ਵਿੱਚ। ਬਹੁਤ ਇੰਜੋਏ ਕਰ ਰਹੀਆਂ ਨੇ ਸਾਰੀਆਂ ਸਾਡੀਆਂ ਭੈਣਾਂ। ਅਸੀਂ ਗੇਮਸ ਖੇਲੀਆਂ, ਤੰਬੋਲਾ ਗੇਮ ਪ੍ਰਾਈਜ਼ ਨੇ ਸਾਡੇ ਕਾਫੀ, ਔਰ ਡੀਜ਼ੇ ਪੂਰਾ ਇੰਜੋਏ ਕਰ ਰਹੀਆਂ ਨੇ।
ਸ਼੍ਰੋਮਣੀ ਅਖੰਡ ਪਾਠੀ ਵੈਲਫੇਅਰ ਸੁਸਾਇਟੀ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਕੇ ਸਭੀ ਸਦਸਿਓਂ ਵ ਨੇਤਾਓਂ ਨੇ ਏਕ ਅਹਿਮ ਮੀਟਿੰਗ ਕੀ ਜਿਸਮੇਂ ਅਖੰਡ ਪਾਠੀ ਸਿੰਘੋ ਕੋ ਆ ਰਹੀ ਮੁਸ਼ਕਿਲ ਉਨਕੀ ਵੇਤਨ ਨੂੰ ਵੀ ਬੜੋਤਰੀ ਕਰਨੀ ਔਰ ਨਾਜਾਇਜ਼ ਤੌਰ ਪਰ ਕੀ ਗਈ ਨਈ ਪਾਠੀ ਸਿੰਘੋ ਕੀ ਭਰਤੀ ਪਰ ਐਤਰਾਜ਼ ਜਤਾਤੇ ਹੋਏ ਅਖੰਡ ਪਾਠੀ ਸਿੰਘੋ ਕੇ ਸਾਥ ਵਿਚਾਰ ਵਿਮਰਸ਼ ਕੀਆ ਗਿਆ। ਇਸ ਦੌਰਾਨ ਪਾਠੀ ਸਿੰਘੋ ਕੀ ਔਰ ਸੀ ਸ਼੍ਰੋਮਣੀ ਕਮੇਟੀ ਕੇ ਪ੍ਰਧਾਨ ਐਡਵੋਕੇਟ ਹਰਸ਼ਿੰਦਰ ਸਿੰਘ ਧਾਮੀ ਔਰ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਕੇ ਧਿਆਨ ਮੇਂ ਯੇ ਮੁੱਦੇ ਲਾਣੇ ਕੀ ਬਾਤ ਵੀ ਕਹੀ ਗਈ। ਅੰਮ੍ਰਿਤਸਰ ਸੇ ਹਲਚਲ ਕੇ ਲਈ ਸੁਨੀਲ ਖੋਸਲਾ ਕੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਭਾਈ ਮਾਨਕ ਸਿੰਘ ਭੁੱਲਰ, ਸ਼੍ਰੋਮਣੀ ਅਖੰਡ ਪਾਠੀ ਵੈਲਫੇਅਰ ਸੁਸਾਇਟੀ ਸਬ ਕਮੇਟੀ ਬਾਬਾ ਬਕਾਲਾ ਸਾਹਿਬ ਦਾ ਮੁੱਖ ਸੇਵਾਦਾਰ, ਜੋ ਮੇਰੇ ਤੋਂ ਪਹਿਲਾਂ ਬਹੁਤ ਸਤਿਕਾਰ ਜੋ ਭਾਈ ਸਾਹਿਬ ਭਾਈ ਗੁਰਮੁਖ ਸਿੰਘ ਜੀ ਮੁੱਖ ਸੇਵਾਦਾਰ ਸਮੁੱਚੇ ਭਾਰਤ ਦੇ, ਔਰ ਉਹਨਾਂ ਤੋਂ ਬਾਅਦ ਮੇਰੇ ਵੱਡੇ ਵੀਰ ਭਾਈ ਸ਼ਿਵਦੇਵ ਸਿੰਘ ਜੀ ਮੁੱਖ ਸੇਵਾਦਾਰ ਸਮੁੱਚੇ ਭਾਰਤ ਦੇ ਵੱਲੋਂ ਬੇਨਤੀਆਂ ਜੋ ਕੀਤੀਆਂ ਗਈਆਂ, ਅੱਜ ਦੀ ਇਕੱਤਰਤਾ ਬਹੁਤ ਸ਼ਾਨਦਾਰ ਹੋਈ ਹੈ। ਬਹੁਤ ਸਿੰਘ ਮੀਟਿੰਗ ਦੇ ਵਿੱਚ ਆਏ ਨੇ ਅਤੇ ਮੇਰੇ ਤੋਂ ਪਹਿਲਾਂ ਸਾਰਿਆਂ ਬੁਲਾਰਿਆਂ ਨੇ ਬਹੁਤ ਵਧੀਆ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਨੇ, ਪਰ ਮੈਂ ਇੱਥੇ ਇੱਕ ਬੇਨਤੀ ਜ਼ਰੂਰ ਕਰਾਂਗਾ। ਜਿੰਨੀ ਹਾਲਾਤ ਇਸ ਵੇਲੇ ਖੰਡ ਪਾਠ ਸਿੰਘਾਂ ਦੀ ਮਾੜੀ ਹੈ, ਕਿ ਮੇਰਾ ਖਿਆਲ ਕੋਈ ਰਕਸ਼ਾ ਯੂਨੀਅਨ ਹੋਵੇ, ਕੋਈ ਫੈਕਟਰੀ ਦੇ ਵਿੱਚ ਕੰਮ ਕਰਨ ਵਾਲੇ ਹੋਣ ਜਾਂ ਭਈਏ ਸਾਡੇ ਦੇਸ਼ ਵਿੱਚ ਆਉਂਦੇ ਨੇ, ਉਹਨਾਂ ਦੀ ਇੰਨੀ ਮਾੜੀ ਹਾਲਤ ਨਹੀਂ। ਖੰਡ ਪਾਠੀ ਸਿੰਘ ਜਿਹੜੇ ਨੇ ਗੁਰਦੁਆਰਿਆਂ ਵਿੱਚ ਮੈਂ ਭੁੰਜੇ ਸੌਂਦੇ ਵੇਖੇ, ਸਾਡੇ ਬਾਬਾ ਬਕਾਲਾ ਸਾਹਿਬ ਦੇ ਵਿੱਚ ਖੰਡ ਪਾਠੀ ਸਿੰਘ ਜਿਹੜੇ ਭੁੰਜੇ ਸੌਂਦੇ ਨੇ, ਉਹਨਾਂ ਵਾਸਤੇ ਕੋਈ ਰਹਿਸ਼ ਨਹੀਂ ਹੈ, ਕੋਈ ਏਸੀ ਦਾ ਪ੍ਰਬੰਧ ਨਹੀਂ ਹੈ, ਥੱਲੇ ਦਰੀਆਂ ਵਿਛਾਈਆਂ ਨੇ, ਮਾੜੇ ਮੋਟੇ ਜਿਹੜੇ ਗੱਦੇ ਸੁੱਟੇ ਨੇ ਉਹ ਭੁੰਜੇ ਸੌਂਦੇ ਨੇ। ਮੈਂ ਸ਼੍ਰੋਮਣੀ ਅਖੰਡ ਪਾਠੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਜੀ ਧਾਮੀ ਦੇ ਕੋਲੋਂ ਬੇਨਤੀ ਕਰਦਾ ਕਿ ਪ੍ਰਧਾਨ ਸਾਹਿਬ ਆਪ ਨਿਗਾਹ ਮਾਰ ਕੇ ਕਿ ਖੰਡ ਪਾਠੀ ਸਿੰਘਾਂ ਨਾਲ ਜਿਹੜਾ ਦੁਰਵਿਹਾਰ ਹੋ ਰਿਹਾ ਅਤੇ ਉਹ ਠੀਕ ਕੀਤਾ ਜਾਵੇ। ਦੂਸਰੀ ਮੇਰੀ ਬੇਨਤੀ ਹੈ ਕਿ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਜੋ ਇੰਚਾਰਜ ਹੈ ਖੰਡ ਪਾਠਾਂ ਭਾਈ ਕੇਵਲ ਸਿੰਘ ਔਰ ਹੈੱਡ ਗ੍ਰੰਥੀ ਸਾਹਿਬ ਵੀ ਨੇ, ਉਹ ਸਤਿਕਾਰਯੋਗ ਨੇ, ਪਰ ਜਿਹੜਾ ਉਹਨਾਂ ਮਾੜਾ ਪ੍ਰਬੰਧ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਕੀਤਾ ਹੋਇਆ, ਸਾਡਾ ਇੱਕ ਬਿੱਲ ਅਤੇ ਇੱਕ ਨਾਗਾ ਜਦੋਂ ਮਰਜ਼ੀ ਸਾਡੇ ਕੋਲ ਸਟੇਟਮੈਂਟਾਂ ਲੈ ਲਏ। ਅਸੀਂ ਮੈਨੇਜਰ ਸਾਹਿਬ ਸਟੇਟਮੈਂਟਾਂ ਦਿੱਤੀਆਂ ਨੇ, ਅੱਜ ਮੇਰਾ ਖਿਆਲ ਕਿ 4-5 ਦਿਨ ਹੋ ਗਏ ਨੇ, ਪਰ ਸਾਨੂੰ ਉਹਨਾਂ ਦਾ ਕੋਈ ਜੀ ਵਿਊ ਨਹੀਂ ਪ੍ਰਾਪਤ ਹੋਇਆ, ਉਹਨਾਂ ਕੀ ਕਾਰਵਾਈ ਕੀਤੀ। ਅਸੀਂ ਲਿਖਤੀ ਦਿੱਤਾ ਹੈ, ਨਾਲ ਉਹ ਬਿੱਲ ਆਏ ਨੇ ਜਿਨ੍ਹਾਂ ਦੇ ਕਈਆਂ ਦੇ 5-5 ਬਿੱਲ ਕਰਕੇ ਅਤੇ ਨਾਗੇ ਪਾਏ ਜਾਂਦੇ ਨੇ। ਸਾਡਾ ਇੱਕ ਬਿੱਲ ਅਤੇ ਇੱਕ ਨਾਗਾ ਹੁੰਦਾ ਜੋ ਰੂਟੀਨ ਵਾਈ ਹੁੰਦਾ ਹੈ, ਜਾਂ 2 ਬਿੱਲ ਅਤੇ ਉਸ ਤੋਂ ਬਾਅਦ ਇੱਕ ਨਾਗਾ ਹੁੰਦਾ ਰੂਟੀਨ ਵਾਈ, ਪਰ 4-4-5-5 ਬਿੱਲ ਜਿਹੜੇ ਜਿਨ੍ਹਾਂ ਦੇ ਕੀਤੇ ਆ, ਮੈਂ ਪੁੱਛਣਾ ਚਾਹੁੰਦਾ ਕਿ ਮੈਨੇਜਰ ਸਾਹਿਬ ਇਸ ਹੈੱਡ ਗ੍ਰੰਥੀ ਸਾਹਿਬ ਦਾ ਉਹਨਾਂ ਪਾਠੀਆਂ ਸਿੰਘਾਂ ਦੇ ਨਾਲ ਕੀ ਲੈਣ ਦੇਣ ਹੈ। ਮੈਂ ਆਪ ਜੀ ਨੂੰ ਬੇਨਤੀ ਵੀ ਕੀਤੀ ਸੀ, ਮੈਂ ਔਰ ਭਾਮੀ ਸਾਹਿਬ ਨੂੰ, ਸਕੱਤਰ ਸਾਹਿਬ ਨੂੰ ਬੇਨਤੀ ਕਰਦਾ, ਸਕੱਤਰ ਸਾਹਿਬ ਆਪ ਜੀਆਂ ਦੇ ਨੌਲੇਜ ਵਿੱਚ ਵੀ ਲਿਆਂਦਾ ਜਾਵੇਗਾ, ਆਪ ਉਹਦੀ ਇਨਕੁਆਇਰੀ ਪੜਤਾਲ ਕਰਕੇ ਜੋ ਸੱਚ ਦਾ ਸੱਚ ਝੂਠ ਦਾ ਝੂਠ ਸਾਹਮਣੇ ਲਿਆਂਦਾ ਜਾਵੇ। ਬੇਨਤੀ ਹੈ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਮੁਖ ਸਿੰਘ ਅਮਿਤ ਸ਼ਾਹ, ਸ਼੍ਰੋਮਣੀ ਅਖੰਡ ਪਾਠੀ ਵੈਲਫੇਅਰ ਸੁਸਾਇਟੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਰਜਿਸਟਰ ਭਾਰਤ ਦਾ ਮੁੱਖ ਸੇਵਾਦਾਰ ਜੀ, ਅੱਜ ਦੀ ਜੋ ਵਿਸ਼ੇਸ਼ ਮੀਟਿੰਗ ਆ, ਇਸ ਵਿੱਚ ਅਖੰਡ ਪਾਠ ਸਿੰਘਾਂ ਦੇ ਜੋ ਮਸਲੇ ਆ ਉਹਨਾਂ ਨੂੰ ਵਿਚਾਰਨ ਵਾਸਤੇ ਮੀਟਿੰਗ ਕੀਤੀ ਗਈ ਆ, ਜਿਸ ਵਿੱਚ ਅਖੰਡ ਪਾਠ ਸਿੰਘਾਂ ਨੂੰ ਜੋ ਮੁਸ਼ਕਲਾਂ ਆ ਰਹੀਆਂ ਨੇ, ਸਭ ਤੋਂ ਤਾਂ ਪਹਿਲਾਂ ਸਭ ਤੋਂ ਵੱਡੀ ਮੁਸ਼ਕਲ ਆ ਜੋ ਅਖੰਡ ਪਾਠ ਸਿੰਘਾਂ ਦੀ ਮੈਡੀਕਲ ਇੰਸ਼ੋਰੈਂਸ ਆ, ਉਹ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਅਖੰਡ ਪਾਠ ਸਿੰਘਾਂ ਦੀ ਮੈਡੀਕਲ ਇੰਸ਼ੋਰੈਂਸ ਆ, ਜਿਵੇਂ ਦੂਜੇ ਮੁਲਾਜ਼ਮਾਂ ਦੀਆਂ ਇੰਸ਼ੋਰੈਂਸਾਂ ਹੁੰਦੀਆਂ ਨੇ, ਉਸੇ ਹੀ ਤਰ੍ਹਾਂ ਅਖੰਡ ਪਾਠ ਸਿੰਘਾਂ ਦੀਆਂ ਇੰਸ਼ੋਰੈਂਸਾਂ ਹੋਣ। ਬਾਕੀ ਜੋ ਅਖੰਡ ਪਾਠ ਸਿੰਘਾਂ ਨੂੰ ਨਜਾਇਜ਼ ਤੌਰ 'ਤੇ ਜਿਹੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ, ਉਸ ਵਾਸਤੇ ਜਿਹੜੀ ਵਿਸ਼ੇਸ਼ ਮੀਟਿੰਗ ਹੋਈ ਹੈ ਜੀ। ਜਿਹੜੀ ਭੇਟਾ ਦੇਖੋ, ਜਿਹੜੀ ਅਖੰਡ ਪਾਠ ਸਾਹਿਬ ਦੀ ਭੇਟਾ ਆ, ਉਹ ਤਾਂ ਨਾ ਕੋਈ ਦੇ ਹੀ ਸਕਦਾ ਆ,
ਪਰ ਅਸੀਂ ਚਾਹੁੰਦੇ ਹਾਂ ਜੋ ਅੱਜ ਮਹਿੰਗਾਈ ਦਾ ਦੌਰ ਚੱਲ ਰਿਹਾ ਆ, ਜਿਹੜੀ ਮਹਿੰਗਾਈ ਅਸਮਾਨ ਨੂੰ ਛੂਹ ਰਹੀ ਆ, ਉਸ ਹਿਸਾਬ ਦੇ ਨਾਲ ਅਸੀਂ ਤਾਂ ਚਾਹੁੰਦੇ ਜਿਹੜੀ ਅਖੰਡ ਪਾਠ ਸਾਹਿਬ ਦੀ ਪ੍ਰਤੀ ਅਖੰਡ ਪਾਠੀ ਸਿੰਘ ਨੂੰ ਇੱਕ ਅਖੰਡ ਪਾਠ ਸਿੰਘ ਨੂੰ ਅਖੰਡ ਪਾਠ ਸਾਹਿਬ ਦੀ ਘੱਟ ਤੋਂ ਘੱਟ 2500 ਰੁਪਈਆ ਭੇਟਾ ਚਾਹੀਦੀ ਆ, ਭਾਵੇਂ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸੇਵਾ ਨਿਭਾ ਰਿਹਾ ਹੈ, ਭਾਵੇਂ ਲੋਕਲ ਗੁਰਦੁਆਰਿਆਂ ਵਿੱਚ ਪਿੰਡਾਂ ਵਿੱਚ ਸੇਵਾ ਨਿਭਾ ਰਹੇ ਹਨ, ਸਾਨੂੰ ਉਹਨਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਆ ਔਰ ਵੱਧ ਤੋਂ ਵੱਧ ਭੇਟਾ ਦੇਣੀ ਚਾਹੀਦੀ ਆ ਤਾਂ ਜੋ ਉਹ ਵੀ ਆਪਣੇ ਜਿਹੜੇ ਬੱਚੇ ਆ ਘਰ ਪਰਿਵਾਰ ਦਾ ਜਿਹੜਾ ਗੁਜ਼ਾਰਾ ਆ ਉਹ ਸਹੀ ਢੰਗ ਨਾਲ ਉਹ ਚਲਾ ਸਕਣ। ਗੁਰੂ ਨਗਰੀ ਅੰਮ੍ਰਿਤਸਰ ਮੇਂ ਸ਼ਿਵ ਸ਼ਕਤੀ ਵੁਮੈਨ ਵੈਲਫੇਅਰ ਸੋਸਾਇਟੀ ਕੀ ਔਰ ਸੇ ਤੀਜ ਕਾ ਤਿਉਹਾਰ ਬੜੀ ਧੂਮਧਾਮ ਸੇ ਮਨਾਇਆ ਗਿਆ। ਇਸ ਅਵਸਰ ਪਰ ਮਹਿਲਾਓਂ ਨੇ ਸਾਂਸਕ੍ਰਿਤਿਕ ਪਰਿਧਾਨੋਂ ਮੇਂ ਸਜ ਧਜ ਕਰ ਭਾਗ ਲਿਆ। ਇਸ ਮੌਕੇ ਪਰ ਸੰਸਥਾ ਕੀ ਸਦਸਿਓਂ ਨੇ ਬਤਾਇਆ ਕਿ ਵੇ ਪਿਛਲੇ 5 ਵਰਸ਼ੋਂ ਸੇ ਲਗਾਤਾਰ ਤੀਜ ਕਾ ਤਿਉਹਾਰ ਮਨਾਤੀ ਆ ਰਹੀ ਹੈ। ਉਹਨਾਂ ਕਿਹਾ ਕਿ ਹਮਾਰੇ ਜੋ ਬੱਚੇ ਵੈਸਟਰਨ ਕਲਚਰ ਕੀ ਤਰਫ ਜਾ ਰਹੇ ਹੈ, ਉਹਨੇ ਆਪਣੇ ਪੰਜਾਬੀ ਕਲਚਰ ਸੇ ਜੁੜਨਾ ਹੈ। ਵਹੀ ਉਹਨਾਂ ਕਿਹਾ ਕਿ ਜਬ ਤੱਕ ਹਮ ਇਹ ਤਿਉਹਾਰ ਨਹੀਂ ਮਨਾਏਂਗੇ ਤਬ ਤੱਕ ਹਮਾਰੇ ਬੱਚੋਂ ਕੋ ਵੀ ਇਸ ਤਿਉਹਾਰ ਕੇ ਬਾਰੇ ਮੇਂ ਪਤਾ ਨਹੀਂ ਚਲੇਗਾ। ਇਸ ਅਵਸਰ ਪਰ ਗਿੱਧਾ, ਭੰਗੜਾ ਵ ਬੋਲੀਆਂ ਵੀ ਡਾਲੇਗੀ। ਇਸ ਦੌਰਾਨ ਮਾਡਲਿੰਗ, ਫੈਸ਼ਨ ਸ਼ੋਅ ਆਦਿ ਕਈ ਪ੍ਰਕਾਰ ਕੀ ਫਨ ਗੇਮਸ ਵੀ ਖੇਲੇਗੀ। ਇਸ ਦੌਰਾਨ ਮਿਸਿਜ ਤੀਜ ਕਾ ਚੁਣਾਵ ਵੀ ਕੀਆ ਗਿਆ। ਅੰਮ੍ਰਿਤਸਰ ਸੇ ਹਲਚਲ ਕੇ ਲਈ ਸੁਨੀਲ ਖੋਸਰਾ ਕੀ ਰਿਪੋਰਟ। ਮੇਰਾ ਨਾਮ ਰਵਨੀਤ ਕੌਰ ਆ। ਕੀ ਕਹਿਣਾ ਚਾਹੋਗੇ ਅੱਜ ਜਿਹੜਾ ਧੀਆਂ ਦਾ ਤਿਉਹਾਰ ਮਨਾਇਆ, ਕਿੰਨਾ ਜ਼ਰੂਰੀ ਹੈਗਾ? ਬਹੁਤ ਜ਼ਿਆਦਾ ਜ਼ਰੂਰੀ ਹੈ ਧੀਆਂ ਨੂੰ, ਧੀਆਂ ਦਾ ਤਿਉਹਾਰ ਮਨਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਰਿਸਪੈਕਟ ਮਿਲਦੀ ਹੈ ਧੀਆਂ ਨੂੰ, ਨਾਲੇ ਧੀਆਂ ਸਭ ਕੁਛ ਕਰ ਸਕਦੀਆਂ ਨੇ ਅੱਜ ਦੇ ਜ਼ਮਾਨੇ 'ਚ। ਲੱਗਦਾ ਕਿ ਜਦੋਂ ਕਿਸੇ ਦੇ ਘਰ ਧੀ ਹੋ ਜਾਂਦੀ ਇਹ ਜ਼ਮਾਨੇ ਵਿੱਚ, ਉਹ ਦੁਖੀ ਬੜੇ ਹੋ ਜਾਂਦੇ ਆ ਜੀ, ਕੋਈ ਮੈਸੇਜ ਦੇਣਾ ਚਾਹੋ? ਨਹੀਂ ਨਹੀਂ ਨਹੀਂ, ਅੱਜ ਦੇ ਜ਼ਮਾਨੇ ਦੁਖੀ ਨਹੀਂ ਹੁੰਦੇ, ਅੱਜ ਦੇ ਜ਼ਮਾਨੇ ਧੀਆਂ ਨੂੰ ਸਗੋਂ ਪੂਰਾ ਹਾਰ ਸ਼ਿੰਗਾਰ ਕਰਕੇ ਗੱਡੀਆਂ ਸਜਾ ਕੇ ਧੀਆਂ ਨੂੰ ਘਰ ਲੈ ਕੇ ਆਉਂਦੇ ਆ। ਅੱਜ ਕਿੱਦਾਂ ਮਨਾਇਆ ਗਿਆ ਧੀਆਂ ਦਾ ਤਿਉਹਾਰ? ਧੀਆਂ ਤਿਉਹਾਰ ਬਹੁਤ ਵਧੀਆ ਮਨਾਇਆ ਗਿਆ, ਗਿੱਧਾ ਪਾ ਕੇ, ਬੋਲੀਆਂ ਪਾ ਕੇ, ਡੀਜੇ ਤੇ ਡਾਂਸ ਕਰਕੇ, ਹਰ ਚੀਜ਼ ਵਧੀਆ ਤਰੀਕੇ ਨਾਲ ਮਨਾਈ ਗਈ। ਨਹੀਂ 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 ਨਹੀਂ, ਸ਼ਹਿਰ ਦੇ ਲੋਕਾਂ ਨੂੰ ਸਗੋਂ ਜ਼ਿਆਦਾ ਤੋਂ ਜ਼ਿਆਦਾ ਧੀਆਂ ਦਾ, ਸਾਡੇ ਬੱਚਿਆਂ ਨੂੰ ਪੁੱਛ ਲਓ ਭਾਵੇਂ। ਪਰ ਲੱਗਦਾ ਕੋਈ ਰੀਤ ਮੁੱਕ ਗਈ, ਪੀਂਘਾਂ ਹੁੰਦੀਆਂ ਸੀ, ਮੇਲੇ ਲੱਗਦੇ ਸੀ? ਨਹੀਂ ਨਹੀਂ ਨਹੀਂ, ਸਾਰਾ ਕੁਛ ਹੈਗਾ। ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੋਂ ਵੱਡੇ ਸਮਾਗਮ ਕੀਤੇ ਜਾਣਗੇ ਤੁਹਾਡੇ? ਹਾਂਜੀ ਹਾਂਜੀ ਜ਼ਰੂਰ। ਮੇਰਾ ਨਾਮ ਸ਼ਿਵਾਨੀ ਸ਼ਰਮਾ ਜੀ, ਮੈਂ ਮਹਿਲਾ ਕਾਂਗਰਸ ਅੰਮ੍ਰਿਤਸਰ ਦੀ ਡਿਸਟ੍ਰਿਕਟ ਦੀ ਪ੍ਰੈਜ਼ੀਡੈਂਟ ਹਾਂ। ਸਮਾਗਮ ਕੀਤਾ ਗਿਆ ਅੱਜ ਸਾਡੇ ਵੱਲੋਂ ਤੀਜ ਦਾ ਤਿਉਹਾਰ ਮਨਾਇਆ ਗਿਆ ਵੈ, ਜਿਵੇਂ ਕਿ ਦਰਖਤ ਵੱਡੇ ਗਏ ਨੇ, ਪੀਂਘਾਂ ਖਤਮ ਹੋ ਗਈਆਂ ਨੇ, ਅਤੇ ਅੱਜ ਅਸੀਂ ਚਾਹੁੰਦੇ ਕਿ ਲੋਕ ਆਪਣੇ ਕਲਚਰ ਨਾਲ ਜੁੜ ਕੇ ਰਹਿਣ, ਇਸ ਕਰਕੇ ਅਸੀਂ ਤੀਜ ਦਾ ਤਿਉਹਾਰ ਬਹੁਤ ਲੰਬੇ ਸਮੇਂ ਤੋਂ, ਕਿੰਨੇ ਸਾਲਾਂ ਤੋਂ ਮਨਾਉਂਦੇ ਤੁਰੇ ਆ ਰਹੇ ਹਾਂ। ਲੱਗਦਾ ਕਿ ਅੱਜ ਤੀਆਂ ਦਾ ਤਿਉਹਾਰ ਟੀਜਿਆਂ ਤੱਕ ਰਹਿ ਗਿਆ, ਉਹ ਬੋਲੀਆਂ ਸਾਰਾ ਕੁਝ ਭੁੱਲ ਗਏ ਜੀ? ਨਹੀਂ, ਤੁਸੀਂ ਆ ਕੇ ਵੇਖੋ, ਅਸੀਂ ਬੋਲੀਆਂ ਵੀ ਪਾਈਆਂ ਨੇ, ਡੀਜੇ 'ਤੇ ਵੀ ਬੋਲੀਆਂ ਵਜਾਈਆਂ, ਪੰਜਾਬੀ ਜਿਹੜੇ ਸੌਂਗਸ ਨੇ, ਕਲਚਰਲ ਸੌਂਗ ਨੇ, ਜਿਵੇਂ ਬਾਜੋ ਦਾ ਸਿੱਟਾ, ਜੁੱਤੀ ਕਸੂਰੀ, ਇਹ ਵਾਲੇ ਗਾਏ ਨੇ, ਜਿਵੇਂ ਸੁਰਮੇ ਵਾਲਾ, ਮਤਲਬ ਅਸੀਂ ਟਿਪੀਕਲ ਤੀਜ ਮਨਾਉਂਦੇ ਹਾਂ।
ਪਰ ਅੱਜ ਦੇ ਜ਼ਮਾਨੇ ਦੇ ਵਿੱਚ ਜੇ ਕਿਸੇ ਦੇ ਘਰ ਧੀ ਹੋ ਜਾਂਦੀ ਉਹ ਦੁਖੀ ਬੜੇ ਹੋ ਜਾਂਦੇ ਆ ਜੀ, ਕੋਈ ਮੈਸੇਜ ਦੇਣਾ ਚਾਹੋਗੇ? ਨਹੀਂ ਨਹੀਂ ਜੀ, ਹੁਣ ਤੁਸੀਂ ਥੋੜ੍ਹੀ ਸੋਚ ਚੇਂਜ ਕਰ ਦਿਓ, ਕਿਉਂਕਿ ਅੱਜ ਕੱਲ੍ਹ ਧੀਆਂ ਦੇ ਜੰਮਣ 'ਤੇ ਵੀ ਖੁਸ਼ੀ ਮਨਾਈ ਜਾਂਦੀ ਹੈ, ਲੋਹੜੀ ਮਨਾਈ ਜਾਂਦੀ, ਕਿਉਂਕਿ ਅੱਜ ਕੱਲ੍ਹ ਧੀਆਂ ਡਾਕਟਰ ਵੀ ਨੇ, ਪਾਇਲਟ ਵੀ ਨੇ, ਇੰਜੀਨੀਅਰ ਵੀ ਨੇ, ਵਕੀਲ ਵੀ ਨੇ। ਮੇਰੇ ਘਰ ਵਿੱਚ ਮੇਰੀ ਭਤੀਜੀ ਖੁਦ ਪਾਇਲਟ ਹੈ। ਮਤਲਬ ਅਸੀਂ ਲੋਕ ਖੁਸ਼ ਹਾਂ ਕਿ ਅਸੀਂ ਸਾਡੇ ਘਰ ਧੀਆਂ ਨੇ, ਧੀਆਂ ਕਿਉਂਕਿ ਮਾਂ ਪਿਓ ਦਾ ਸਭ ਦਾ ਦੁੱਖ ਬਹੁਤ ਕਰਦੀਆਂ ਨੇ। ਹਾਂਜੀ, ਮੇਰਾ ਜੀ ਰਾਜਵਿੰਦਰ ਕੌਰ। ਕੀ ਕਹਿਣਾ ਚਾਹੋਗੇ ਜੀ? ਮੈਂ ਕਹਿਣਾ ਚਾਹੁੰਦਾ ਧੀਆਂ ਦਾ ਤਿਉਹਾਰ ਹੈ, ਚਲੋ ਲੱਗਾ ਵੀ ਵਧੀਆ ਵੀ ਬੱਚਿਆਂ ਦਾ ਦਿਲ ਵੀ ਰੱਖਣ ਦੀ ਵਜ੍ਹਾ ਨਾਲ ਵੀ ਪਹਿਲੀਆਂ ਗੱਲਾਂ ਨਹੀਂ ਬਣੀਆਂ, ਪਹਿਲੀਆਂ ਸਿਰਾਂ 'ਤੇ ਚੁੰਨੀਆਂ ਫੁਲਕਾਰੀਆਂ, ਠੂਠੀਆਂ ਮਾਰ ਭੁਗਤੀਆਂ ਪਾਉਣੀਆਂ ਅਤੇ ਚੂੜੀਆਂ ਤੋੜਨੀਆਂ, ਮੇਲੇ 'ਚ ਜਾਣਾ, ਖਾਣਾ ਪੀਣਾ, ਮੌਜ ਕਰਨੀ। ਹੁਣ ਦੀਆਂ ਕੁੜੀਆਂ ਨੂੰ ਅਤੇ ਆਉਂਦੇ ਹੁੰਦੇ ਰੋਣਾ ਨਹੀਂ ਆਉਂਦਾ ਅਤੇ ਰੋਣ ਕੇ ਬੰਦਾ ਮੂੰਹ ਬਣਾ ਲੈਂਦਾ। ਹੁਣ ਦੀਆਂ ਕੁੜੀਆਂ ਨੂੰ ਨੱਚਣਾ ਤਾਂ ਆਉਂਦਾ ਨਹੀਂ, ਤਾੜੀ ਵੀ ਨਹੀਂ ਮਾਰ ਸਕਦੀਆਂ, ਪਰ ਥੋੜ੍ਹੀ ਜਿਹੀ ਬੋਲੀ ਪਾਈ ਤਾਂ ਥੋੜ੍ਹੀ ਜਿਹੀ ਖਾ ਗਈਆਂ, ਬਸ ਪਹਿਲੀ ਗੱਲ ਨਹੀਂ ਜੇ ਰਹੀ। ਪਰ ਪਹਿਲਾਂ ਜਿਹੜਾ ਪ੍ਰੋਗਰਾਮ ਹੁੰਦਾ ਸੀ ਅੱਜ ਤੋਂ ਕੋਈ 30 ਸਾਲ ਪਹਿਲਾਂ, ਉਹ ਬਹੁਤ ਵਧੀਆ ਹੁੰਦਾ। ਪਿੰਡਾਂ 'ਚ ਝੂਲੇ, ਪੰਗੂੜੇ, ਗੋਲ ਗੱਪੇ ਖਾਣੇ, ਲੱਡੂ ਕਰਾਰੇ ਖਾਣੇ, ਫੁੱਲ ਵਾਲੀਆਂ ਖਾਣੀਆਂ ਬੱਚਿਆਂ ਨੇ, ਹਾਂਜੀ, ਖੀਰ ਪੂੜੀਆਂ ਬਣਾਉਣੀਆਂ, ਸ਼ਾਮ ਦੁਪਹਿਰੇ 3 ਵਜੇ ਨਾ ਰਾਤ ਨੂੰ ਦਿਨ ਡੁੱਬੇ ਆਉਣਾ ਘਰ। ਹੁਣ ਦੀ ਬੀਬੀਆਂ ਤਾਂ ਇੱਦਾਂ ਉਹਦਾ ਰੋਟੀ ਪਕਾਉਣੀ ਆ, ਭਾਜੋ, ਬੱਚੇ ਰੋਂਦੇ ਨੇ, ਖਾਣ ਪੀਣ ਦਾ ਸ਼ੌਂਕ, ਹੋਰ ਪਿਛਲਾ ਕੋਈ ਸ਼ੌਂਕ ਨਹੀਂ ਰਹਿ ਗਿਆ। ਇਹ ਚੀਜ਼ਾਂ ਕਰਨੀਆਂ ਬਹੁਤ ਜ਼ਰੂਰੀ ਆ, ਬਹੁਤ ਜ਼ਰੂਰੀ ਚਾਹੀਦੀਆਂ ਜੀ। ਹਿੰਦੂ ਤਿਉਹਾਰੋਂ ਵੀ ਇੱਕ ਮਾਨੀ ਜਾਣ ਵਾਲਾ ਪਵਿੱਤਰ ਮਹਾਸ਼ਿਵਰਾਤਰੀ ਕਾ ਤਿਉਹਾਰ ਜਹਾਂ ਪੂਰੇ ਹਿੰਦੁਸਤਾਨ ਮੇਂ ਪੂਰੀ ਸ਼ਰਧਾ ਭਾਵ ਸੇ ਮਨਾਇਆ ਜਾਤਾ ਹੈ, ਤੋ ਵਹੀਂ ਫਿਰੋਜ਼ਪੁਰ ਮੇਂ ਵੀ ਮਹਾਸ਼ਿਵਰਾਤਰੀ ਕਾ ਤਿਉਹਾਰ ਬੜੀ ਸ਼ਰਧਾ ਭਾਵ ਸੇ ਮਨਾਇਆ ਗਿਆ, ਜਿਸਕੇ ਚਲਤੇ ਫਿਰੋਜ਼ਪੁਰ ਛਾਵਨੀ ਔਰ ਸ਼ਹਿਰ ਕੇ ਅਲੱਗ ਅਲੱਗ ਮੰਦਿਰੋਂ ਮੇਂ ਸੁੰਦਰ ਸਜਾਵਟ ਕੀ ਗਈ। ਤੋ ਵਹੀਂ ਦੂਰ ਦੂਰ ਸੇ ਆਏ ਭਕਤੋਂ ਨੇ ਸ਼ਿਵ ਮੰਦਿਰੋਂ ਮੇਂ ਪਹੁੰਚ ਕਰ ਭਗਵਾਨ ਭੋਲੇਨਾਥ ਜੀ ਕੀ ਵਿਧੀਵਤ ਪੂਜਾ ਅਰਚਨਾ ਕੀ ਔਰ ਭਗਵਾਨ ਸ਼ਿਵ ਕੀ ਮਹਿਮਾ ਕਾ ਗੁਣਗਾਨ ਕੀਆ। ਇਸ ਅਵਸਰ ਪਰ ਮੰਦਿਰ ਕੇ ਪੁਜਾਰੀ ਨੇ ਕਿਹਾ ਕਿ ਇਸ ਮੌਕੇ ਪਰ ਸ਼ਰਧਾਲੂ ਆਪਣੀ ਮੰਨਤੀ ਮੰਗ ਕਰ ਹਰਿਦੁਆਰ ਸੇ ਪੈਦਲ ਗੰਗਾ ਜਲ ਲਾ ਕਰ ਭਗਵਾਨ ਭੋਲੇਨਾਥ ਜੀ ਪਰ ਚੜ੍ਹਾਤੇ ਹੈ, ਜਿਸਕੇ ਬਾਅਦ ਭਗਵਾਨ ਸ਼ਿਵ ਸਭੀ ਭਕਤੋਂ ਕੀ ਮਨੋਕਾਮਨਾਏ ਪੂਰੀ ਕਰਤੇ ਹੈ। ਫਿਰੋਜ਼ਪੁਰ ਸੇ ਹਲਚਲ ਕੇ ਲਈ ਮਨਜੀਤ ਸਿੰਘ ਕੀ ਰਿਪੋਰਟ। ਬੋਲੋ ਸ਼ੰਕਰ ਭਗਵਾਨ ਕੀ ਜੈ। ਅੱਜ ਸਾਵਨ ਮਾਸ ਕੀ ਤ੍ਰਯੋਦਸ਼ੀ ਤਿਥੀ ਔਰ ਵੀ ਸ਼ੁੱਕਰਵਾਰ ਦਿਨ ਅੱਜ ਸ਼ਿਵਰਾਤਰੀ ਕਾ ਦਿਨ ਹੈ। ਸਾਵਨ ਮਾਸ ਮੇਂ ਭਗਵਾਨ ਸ਼ਿਵ ਕੋ ਪੂਰੇ ਮਹੀਨੇ ਭਰ ਲੋਕ ਪੂਜਾ ਕਰਤੇ ਹੈ ਔਰ ਸ਼ਿਵ ਕੋ ਕਾ ਜਲਾਭਿਸ਼ੇਕ ਕਰਤੇ ਹੈ, ਰੁਦ੍ਰਾਭਿਸ਼ੇਕ ਕਰਤੇ ਹੈ। ਭਗਵਾਨ ਸ਼ਿਵ ਕੀ ਪੂਜਾ ਸੇ ਸਮਸਤ ਮਨੋਕਾਮਨਾਏ ਮਨੁੱਖ ਕੀ ਪੂਰਾ ਹੋਤੀ ਹੈ ਔਰ ਸ਼ਿਵਰਾਤਰੀ ਵਾਲੇ ਦਿਨ, ਤ੍ਰਯੋਦਸ਼ੀ ਤਿਥੀ ਵਾਲੇ ਦਿਨ ਲੋਕ ਹਰਿਦੁਆਰ ਸੇ ਜਲ ਲਾ ਕਰਕੇ ਭਗਵਾਨ ਮਹਾਦੇਵ ਕੋ ਚੜ੍ਹਾਤੇ ਆਪਣੇ ਆਪਣੇ ਮੰਦਿਰੋਂ ਮੇਂ ਲੈ ਜਾ ਕਰਕੇ ਔਰ ਭਗਵਾਨ ਸ਼ਿਵ ਕਾ ਜਲ ਸੇ ਗੰਗਾ ਜਲ ਸੇ ਰੁਦ੍ਰਾਭਿਸ਼ੇਕ ਕਰਤੇ ਹੈ। ਸ਼ਾਮ 4 ਪਹਿਰ ਮੇਂ ਇਨਕੀ ਪੂਜਾ ਕਰਤੇ ਹੈ, ਸੁਬਹੇ ਕੇ ਟਾਈਮ, ਦੁਪਹਿਰ ਕੇ ਸਮੇਂ, ਸੰਧਿਆ ਕਾਲੇ ਔਰ ਰਾਤ 12 ਵਜੇ ਕੇ ਕਰੀਬ ਤਾਂ ਭਗਵਾਨ ਮਹਾਦੇਵ ਕੀ ਚਾਰੋਂ ਪੂਜਾ ਕਰਕੇ ਲੋਕ ਆਪਣੇ ਘਰ ਚਲੇ ਜਾਂਦੇ ਹੈ। ਦੂਸਰੇ ਦਿਨ ਯਹਾਂ ਸੀਤਾ ਮਾਤਾ ਮੰਦਿਰ ਮੇਂ ਭੰਡਾਰੇ ਕਾ ਆਯੋਜਨ ਕੀਆ ਜਾਤਾ ਹੈ, ਤੋ ਸਭੀ ਕਾਂਵੜੀਆ ਸੰਘ ਜੋ ਹੈ, ਜਿਨ ਲੋਕੋ ਨੇ ਕਾਂਵੜੀ ਚੜ੍ਹਾਈ ਹੈ ਔਰ ਦੂਸਰੇ ਲੋਕ ਵੀ, ਸਭੀ ਲੋਕ ਆ ਕਰਕੇ ਭੰਡਾਰੇ ਕਾ ਪ੍ਰਸਾਦ ਵੀ ਗ੍ਰਹਿਣ ਕਰਤੇ ਹੈ ਔਰ ਭਗਵਾਨ ਸ਼ੰਕਰ ਜੀ ਕਾ ਆਸ਼ੀਰਵਾਦ ਪ੍ਰਾਪਤ ਕਰਤੇ ਹੈ। ਭਗਵਾਨ ਮਹਾਦੇਵ ਕੀ ਪੂਜਾ ਸੇ ਮਨੁੱਖ ਕੋ ਸਾਰੇ ਮਨੋਰਥੋਂ ਕੀ ਪੂਰਤੀ ਹੋ ਜਾਤੀ ਹੈ, ਸਮਸਤ ਫਲ ਕੀ ਪ੍ਰਾਪਤੀ ਹੋਤੀ ਹੈ। ਬੋਲੋ ਸ਼ੰਕਰ ਭਗਵਾਨ ਕੀ ਜੈ। ਨਾਮ ਤੁਹਾਰਾ? ਮੇਰਾ ਜੀ ਰਮਨ ਕੁਮਾਰ ਹੈ ਜੀ। ਹਾਂਜੀ, ਰਮਨ ਕੁਮਾਰ ਜੀ। ਰਮਨ ਕੁਮਾਰ ਜੀ, ਆਪ ਕਾਵੜ ਲੈ ਕੇ ਆਏ ਹੋ? ਹਾਂਜੀ ਹਾਂਜੀ, ਹਮ ਹਰ ਸਾਲ ਜਾਤੇ ਹੈ। ਤੋ ਹਮਾਰੀ ਕਾਵੜ ਸੇਵਾ ਸੰਘ ਕਾ ਨਾਮ ਹੈ ਸ਼੍ਰੀ ਬਮਲਹਿਰੀ ਕਾਵੜ ਸੇਵਾ ਸੰਘ, ਔਰ ਯੇ ਨੋਨੂ ਜੀ ਹੈ, ਇਨਕੀ ਕਾਵੜ ਸੇਵਾ ਸੰਘ ਕਾ ਨਾਮ ਹੈ ਤ੍ਰਿਕਾਲ ਕਾਵੜ ਸੇਵਾ ਸੰਘ, ਔਰ ਵੀ ਕਾਫੀ ਕਾਵੜ, ਤ੍ਰਿਨੇਤਰ ਕਾਵੜ ਸੇਵਾ ਸੰਘ ਹੈ ਔਰ ਕਾਸ਼ੀ ਵਿਸ਼ਵਨਾਥ ਕਾਵੜ ਸੇਵਾ ਸੰਘ ਹੈ। ਇਹ ਸਭੀ ਹਮ ਗਏ ਥੇ ਹਰਿਦੁਆਰ ਜਲ ਲੈਨੇ ਔਰ ਬੜਾ
बढ़िया माहौल था वहाँ पे, लोगों ने अपने खाने पीने के कोई दिक्कत नहीं आई हमें। जैसे इस साल काफ़ी गर्मी पड़ रही थी तो लोगों ने बढ़ चढ़ कर अपना सहयोग दिया, मतलब कि कूलर वगैरह, खाने पीने की कोई दिक्कत, जगह जगह पर लंगर थे और काफ़ी सुविधा थी, कोई हमें ऐसी दिक्कत परेशानी नहीं। हर साल जाते हैं और आगे भी जाएंगे और भोले का नाम हर बारी अपना मंदिर में, श्री शीतला देवी मंदिर में हर साल इसी तरह से जल चढ़ाते रहेंगे। कितनी कावड़ लेकर आए उसको? हम पूरे अगर देखा जाए तो हम कम से कम जो शीतला मंदिर में कावड़ है कम से कम 30 से 35 कावड़ चढ़ती है हर साल, और इस बारी जो मोटरसाइकिलों की तादाद थी वो ज़्यादा थी, कम से कम 20-25 मोटरसाइकिल थे। जो एक डाक थी, एक तूफानी भी आई है जी, और बाकी झूला काफ़ी है, 40 के समथिंग कावड़ है जी, 40 कावड़े आई है इस साल। देवी सहाय सनातन धर्म सीनियर सेकेंडरी स्कूल सोडर रेलवे क्रॉसिंग जालंधर में थिंद आई हॉस्पिटल की ओर से फ्री आंखों का जांच कैंप लगाया गया, जिसमें थिंद आई हॉस्पिटल के डॉक्टरों की टीम ने पहुंचकर स्कूल के सभी बच्चों की आंखों की जांच की। इस दौरान जिन बच्चों में पढ़ाई के कारण नज़र की दिक्कत आ रही है उनके लिए कम दामों में इलाज करने के लिए आश्वासन दिया गया। इस आंखों की फ्री जाँच कैंप का शुभारम्भ स्कूल के प्रिंसिपल संजय शर्मा ने अपने कर कमलों से किया। उनके साथ वाइस प्रिंसिपल बीबीएन सोफत भी मौजूद रहे। जालंधर से हलचल के लिए कैमरामैन सुदेश भगत की रिपोर्ट। एक आई कैंप लगाया गया है जिस विच बच्चों की अखां का चेकअप, मुफ्त चेकअप करवा रहे हैं। ये सारा जो है एक संस्था एनजीओ वालों किया जा रहा है, थिंद आई हॉस्पिटल वालों लगाया जा रहा है, ਜਿਹਦੇ ਉਹਨਾਂ ਨੇ ਸਾਨੂੰ ਇਹ ਵੀ ਵਿਸ਼ਵਾਸ ਦਿੱਤਾ ਹੈ ਕਿ ਅਗਰ ਅਸੀਂ ਬੱਚੇ ਨੂੰ ਕੋਈ ਮੇਜਰ ਪ੍ਰੋਬਲਮ ਆਉਂਦੀ ਹੈ ਤਾਂ ਉਸਦਾ ਇਲਾਜ ਅਸੀਂ ਘੱਟ ਤੋਂ ਘੱਟ ਪੈਸੇ ਦੇ ਵਿੱਚ ਆਪਾਂ ਕਰਾਂਗੇ। ਮੈਂ ਡਾਕਟਰ ਸਾਹਿਬ ਦਾ ਬਹੁਤ ਬਹੁਤ ਆਭਾਰੀ ਹਾਂ ਅਤੇ ਉਹਨਾਂ ਦੀ ਟੀਮ ਦਾ ਜਿਹੜੇ ਅੱਜ ਸਾਡੇ ਕੋਲ ਆਏ ਨੇ, ਅਤੇ ਮੈਨੂੰ ਇਹਨਾਂ ਨੇ ਵਿਸ਼ਵਾਸ ਦਿੱਤਾ ਕਿ ਮੇਰੀ ਹੋਰ ਪ੍ਰਾਇਮਰੀ ਬ੍ਰਾਂਚ ਨੇ ਜਿੱਥੇ ਵੀ ਆਇਆ ਉਹਨਾਂ ਦਾ ਵੀ ਇਹ ਮੁੱਖ ਚੈੱਕਅਪ ਕਰਨਗੇ। ਵੰਸ ਅਗੇਨ ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ, ਥੈਂਕ ਯੂ। सिद्ध शक्तिपीठ श्री देवी तालाब मंदिर के पावन प्रांगण में मासिक माता की चौकी का आयोजन किया गया, जिसमें भजन गायक प्रवीण लकी एंड पार्टी जालंधर वालमुनि माँ भगवती की महिमा का गुणगान कर उपस्थित भक्तों को झूमने पर विवश कर दिया। इस अवसर पर श्री देवी तालाब मंदिर के कोषाध्यक्ष पविंदर बहल, विनोद गुप्ता, राकेश गुप्ता, नरेश सहगल, अशोक भंडारी, राकेश सहगल, अजय लाली, यश चड्डा, लकी शर्मा, अर्जुन मल्होत्रा, सुदेश शर्मा, संदीप थापर, अंकित थापर, नीरज मित्तल, रॉकी बहरी, शिवतंत्र शर्मा, अश्विनी होंडा, अमृत अरोड़ा, अश्विनी कपूर, विपन अग्रवाल, महेश सेठी सहित असंख्य भक्तजन उपस्थित रही। जालंधर से हलचल के लिए कैमरामैन सुदेश भगत के साथ संदीप शर्मा की रिपोर्ट। ਜਗਾਨੀਆ ਪੰਜ ਕਾ ਪਿਠਾਨੀ
सिद्ध शक्तिपीठ श्री देवी तालाब मंदिर में भक्तों के लिए चलाए जा रहे लंगर हॉल में रोटी बनाने वाली एक और मशीन लगाई गई, जिसका शुभारंभ कंजक पूजन कर किया गया। इस कंजक पूजन में मंदिर कमेटी के महासचिव राजेश विज, सेवादार सुरेंद्र अग्रवाल एवं पूर्व पार्षद भूषण कोहली ने भाग लिया। इस मौके पर अनिल कपूर, रोहित प्रकाश चंद, रमेश सिंह, मोहित कोहली, रमन कुमार, जयचंद सोडीराम, मनमोहन सिंह भी मौजूद रहे। जालंधर से हलचल के लिए कैमरामैन सुदेश भगत की रिपोर्ट। आज देवी तालाब मंदिर कमेटी वालों पहले भी साड़ी लगी थी चपातियां बनाने वाली मशीन, वो भी बड़ी प्रैक्टिस घट थी और अजकल रश बहुत पै रहा, श्रद्धालु बहुत आ रहे अमरनाथ जी के 300 मील के मेले शुरू हो गए, ये सब देखते हुए एक अभी वही मशीन चपाती जी घंटे 2500 रुपये की मिली और चैक की है, रोटी भी बड़ी शानदार है, पूरी सेवा लगे हैं मंदिर कमेटी।
ਮੰਗਲ ਵੀ ਜੀ ਸਾਡੇ ਪ੍ਰਧਾਨ ਉਹਨਾਂ ਨੂੰ ਕਦਮ ਉਠਾਇਆ ਹੈ। ਸੋ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਵੀ ਤੁਸੀਂ ਲੰਗਰ 'ਤੇ ਆ ਕੇ ਜਿਹੜਾ ਚੈੱਕ ਕਰੋ ਕਿ ਸੇਵਾ ਹੋਵੇਗੀ, ਜੋ ਕੋਈ ਤਰੁੱਟੀ ਹੋਵੇ ਤਾਂ ਮੰਦਰ ਕਮੇਟੀ ਨੂੰ ਜ਼ਰੂਰ ਦੱਸੋ। ਤਰੁੱਟੀਆਂ ਤੋਂ ਬਾਅਦ ਹੀ ਪਤਾ ਲੱਗਦਾ ਸਾਡੇ ਕੀ ਕਮੀ ਹੈ। ਇਹਦੇ ਵਿੱਚ ਬੜਾ ਸਹਿਯੋਗ ਸਾਡੇ ਸੁਰਿੰਦਰ ਅਗਰਵਾਲ ਜੀ ਦਾ ਮਸ਼ੀਨ ਦਾ, ਪਹਿਲੀ ਮਸ਼ੀਨ ਸਾਰੀ ਉਹਨਾਂ ਨੇ ਮਸ਼ੀਨ ਦਿੱਤਾ ਸੀ, ਹੁਣ ਇਹਨਾਂ ਦੀ ਕਿਰਪਾ ਦੇ ਨਾਲ ਵੱਡੀ ਮਸ਼ੀਨ ਲੱਗ ਰਹੀ ਹੈ ਔਰ ਸ਼ਹਿਰ ਵਾਸੀਆਂ ਦਾ ਵੀ ਸਹਿਯੋਗ ਹੈ। ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਵੱਲੋਂ, ਦੇਖਦਾ ਮੰਦਰ ਕਮੇਟੀ ਵੱਲੋਂ, ਆਦਮੀ ਸ਼ਿਕਰ ਸਿੰਘ ਜੀ ਵੱਲੋਂ, ਜੈ ਮਾਤਾ ਜੀ। ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਮਾਡਲ ਹਾਊਸ ਜਲੰਧਰ ਵਿੱਚ ਸ਼ਰਾਵਣ ਮਾਸ ਕੇ ਚਲਤੇ ਭਜਨ ਸੰਧਿਆ ਕਾ ਆਯੋਜਨ ਕੀਆ ਗਿਆ, ਜਿਸ ਮੇਂ ਸਤਰੀ ਸਤਸੰਗ ਸਭਾ ਕੀ ਔਰ ਸੇ ਸੰਕੀਰਤਨ ਕਰ ਮਾਹੌਲ ਕੋ ਭਕਤੀਮੇ ਰੂਪ ਪ੍ਰਦਾਨ ਕੀਆ। ਇਸ ਦੌਰਾਨ ਖੀਰ ਵ ਮਾਲਪੂਏ ਕਾ ਲੰਗਰ ਵੀ ਵਿਤਰਿਤ ਕੀਆ ਗਿਆ। ਇਸ ਅਵਸਰ ਪਰ ਮੰਦਿਰ ਕਮੇਟੀ ਕੇ ਪ੍ਰਧਾਨ ਦਿਨੇਸ਼ ਸ਼ਰਮਾ, ਸੁਰੇਂਦਰ ਭਾਟੀਆ, ਜਤਿੰਦਰ ਸ਼ਰਮਾ, ਵਿਕਾਸ ਬੱਗਾ, ਦੀਪਕ ਕੌਸ਼ਲ, ਲਖਨਪਾਲ, ਸ਼ਾਂਤੀ, ਵੰਦਨਾ, ਕਿਰਨ, ਅਨੀਤਾ ਸੇਠੀ, ਨਰੇਸ਼, ਕਮਲ, ਸੀਮਾ, ਸਵੀਟੀ, ਪ੍ਰਵੀਨ, ਨਿਰਮਲ ਭਾਰਦਵਾਜ, ਸੁਰਿੰਦਰ ਜੋਸ਼ੀ, ਸਰਲਾ, ਅਨੀਤਾ ਸ਼ਰਮਾ, ਅਨੁਰਾਧਾ ਸ਼ਰਮਾ, ਸ਼ਾਲੀ ਸ਼ਰਮਾ ਸਹਿਤ ਅਨਯ ਭਕਤਜਨ ਵੀ ਉਪਸਥਿਤ ਰਹੀ। ਜਲੰਧਰ ਸੇ ਹਲਚਲ ਕੇ ਲਈ ਕੈਮਰਾਮੈਨ ਸੁਦੇਸ਼ ਭਗਤ ਕੀ ਰਿਪੋਰਟ। ਭਗਵਾਨ ਭੋਲੇਨਾਥ ਸਭ ਪਰ ਆਪਣੀ ਕਿਰਪਾ ਵਸਾਏ ਔਰ ਸਭ ਕੋ ਆਸ਼ੀਰਵਾਦ ਦੇ।
लोग नहीं भी आए उनसे भी अनुरोध है कि ये लड़ीवर कीर्तन संक्रांति तक चलेंगे। कृपया श्री लक्ष्मी मंदिर माड़ी हाउस आएँ और भोलेनाथ का आशीर्वाद लें। धन्यवाद। जय भोले शंकर। श्री लक्ष्मी माता मंदिर बस्ती बाबा खेल जालंधर में से कांवड़ यात्रा हरिद्वार के लिए रवाना हुई। ये यात्रा भगवान बम भोले की जयकारों के साथ रवाना हुई। इस मौके पर विनोद कुमार, विमल कुमार, जयप्रकाश तिवाड़ी, ज्ञानदीप कुमार, शमी कुमार, सनी सिंह सहित अन्य भक्तजन भी उपस्थित रहे। जालंधर से हलचल के लिए कैमरामैन जगमोहन की रिपोर्ट। जालंधर तो हरिद्वार कांवड़ लेके आने गंगा अभिषेक करना है ਮਾਨਸੀ ਜਲੰਧਰ ਮੰਦਿਰ ਵਿੱਚ ਭੋਲੇ ਜੀ ਨੂੰ ਅਭਿਸ਼ੇਕ ਜਪ ਕਰਕੇ ਸਾਡੀ ਯਾਤਰਾ ਪੂਰੀ ਸਫਲ ਹੋਣੀ ਹੈ। ਜੈ ਸ਼ੰਕਰ ਸਾਡੀ ਜਲੰਧਰ ਤੋਂ ਹਰਿਦੁਆਰ ਚੱਲੀਏ। ਆਪਾਂ ਉੱਥੋਂ ਜਲ ਭਰਨਾ ਹਰਿਦੁਆਰ ਤੋਂ ਐਤਵਾਰ ਨੂੰ, ਅਤੇ ਸਾਡੀ ਇੱਛਾ ਹੈ ਕਿ ਆਪਾਂ ਪ੍ਰਭੂ ਦੀ ਇੱਛਾ ਨਾਲ, ਉੱਦਾਂ ਤਾਂ ਸਾਡਾ ਇੱਛਾ ਹੈ ਕਿ 24 ਘੰਟੇ ਦੇ ਅੰਦਰ, ਨਹੀਂ ਤਾਂ ਦੇਖੋ ਪ੍ਰਭੂ ਦੀ ਇੱਛਾ ਹੈ ਆਪਾਂ ਇੱਥੇ ਜਲ ਅਭਿਸ਼ੇਕ ਕਰਨਾ ਜਲੰਧਰ ਲਾ ਕੇ ਮਹਾਲਕਸ਼ਮੀ ਮੰਦਿਰ ਹਰਿਦੁਆਰ ਤੋਂ ਜਲ ਭਰ ਕੇ ਨੋਨ ਸਟੋਪ। ਜੈ ਮਾਤਾ ਦੀ, ਜੈ ਬੋਲੇ, ਜੈ ਬੋਲੇ, ਜੈ ਬੋਲੇ, ਜੈ ਬੋਲੇ ਜੀ। और अब अंत में हलचल की गतिविधियों पर एक नज़र फिर से। जालंधर एसटीएफ ने 3 नशा तस्करों को अमृतसर के रंजीत वेन्यू इलाके से किया गिरफ्तार। 270 ग्राम हेरोइन, 1 मोटरसाइकिल किया बरामद। नवाशहर पुलिस ने एक प्रवासी महिला की हत्या के आरोपी को 36 घंटों के भीतर किया गिरफ्तार। पति ही निकला कातिल। जंडियालापुर में गत रात्रि चोरों ने एक साथ 3 दुकानों को बनाया निशाना। कीमती सामान, मोबाइल व नकदी चोरी कर हुए फरार। इसके साथ ही अब तक की गतिविधियां समाप्त होती हैं और ताजा जानकारी के लिए देखते रहिए हलचल।